ਐ ਬੈਠੀ ਆ, ਹੱਥ ਫੜੀ ਮੰਜੇ ਤੇ ਚੜੀ, ਕੋਈ ਕੰਮ ਨੀ ਕਰਾਉਣਾ, ਬਸ ਤਾਂ ਨੀ। ਮੈਂ ਜਾ ਕੇ ਆਉਣੀ ਆ, ਦੋਨਾਂ ਘਰਾਂ ਨੂੰ ਕਹਿ ਕੇ ਆਉਣੀ ਆ ਵੀ ਭਾਈ ਹਿੱਸਾ ਦਿਓ ਬੇਬੇ ਵਾਸਤੇ। ਲੈ ਬੇਬੇ ਚਾਹ, ਕੁੜ ਚਾਹ ਬਣਾ ਤਾਂ ਮੈਨੂੰ ਪੁੱਤ ਸਰ ਜਾਂਦਾ। ਮਾੜਾ ਮੋਟਾ ਮੈਨੂੰ ਦਿਖਾ ਲਿਓ, ਮੇਰੇ ਤੇ ਚੀਸ ਵਾਲੀ ਪਈ ਜਾਂਦੀ, ਕੀ ਕਰਾਂ ਬੇਬੇ। ਉਧਰ ਜਾ ਕੇ ਆਉਣੀ ਆ ਮੈਂ ਦੋਨਾਂ ਘਰਾਂ ਨੂੰ, ਉਹਨਾਂ ਨੂੰ ਵੀ ਕਹਿ ਕੇ ਆਉਣੀ ਆ ਭਾਈ, ਮਾਂ ਤਾਂ ਉਹਨਾਂ ਦੀ ਵੀ ਹੈ, ਉਹ ਵੀ ਨਾਲ ਜਾਣ, ਉਹਨਾਂ ਦਾ ਵੀ ਹੱਕ ਬਣਦਾ। ਓਹੋ ਕੀ ਲੋੜ ਆ ਪਿਆ ਕਿ ਮਾਂ ਤਾਂ ਉਹਨਾਂ ਦੀ ਵੀ। ਸੱਟ ਤਾਂ ਮੇਰੇ ਤੁਹਾਡੇ ਘਰੇ ਵੱਜੀ ਹੈ, ਤੁਹਾਡਾ ਗੋਲਾ ਧੰਦਾ ਕਰਦੀ ਸੀ, ਉਹਨਾਂ ਦੇ ਘਰੇ ਮੈਂ ਕੰਮ ਕਰਦੀ ਸੀ। ਲੈ ਬੇਬੇ ਸੱਟ ਤਾਂ ਕਿਤੇ ਮਰਜ਼ੀ ਵੱਜੀ, ਜੇ ਉਹਨਾਂ ਦੇ ਘਰੇ ਸੱਟ ਵੱਜਦੀ ਫਿਰ ਤੇਰੇ ਵੱਜਦੀ ਨਾ, ਸਿਰ ਤਾਂ ਕਿਤੇ ਵੀ ਵੱਜ ਸਕਦੀ ਹੈ। ਜੇ ਉਹਨਾਂ ਦੇ ਘਰੇ ਵੱਜਦੀ ਫਿਰ ਤੂੰ ਇਲਾਜ ਕਰਾ ਦਿੰਦੀ ਨਾਲ ਉਹਨਾਂ ਦੇ। ਲੈ ਬੇਬੇ ਜਦੋਂ ਸਾਂਝੀ ਹੈ ਉਹ ਤਾਂ ਸਾਂਝੇ ਹੀ ਹੱਕ ਬਣੂਗਾ, ਫਿਰ ਸਾਂਝੀ ਮੈਨੂੰ ਕੰਮ ਵੇਲੇ ਵੀ ਉਹਨਾਂ ਨੇ ਭੇਜਿਆ ਕਰੋ, ਕਹਿੰਦੇ ਵੀ ਕੰਮ ਵੀ ਉਹਨਾਂ ਦੇ ਕਰਾਇਆ ਸਾਡੇ ਕਰਾਈ ਜਾਂਦੇ, ਉਹਨਾਂ ਨੇ ਵੀ ਕਿਰਾਇਆ ਪਾ ਜਾ, ਉਦੋਂ ਵੀ ਕਹਿੰਦੇ ਕਰ ਤੂੰ, ਉਦੋਂ ਤੂੰ ਕਹਿੰਦੇ ਕੰਮ ਮੇਰੇ ਕਰੀ ਜਾ ਹੋਰ ਪਾਸੇ ਜਾਵੇ ਨਾ। ਲੈ ਫਿਰ ਹੁਣ ਸਾਲ ਭਰ ਜਾਓ ਸਾਡੇ ਨਾਲ ਰਲੀਏ, ਸਾਡੇ ਨਾਲ ਹੀ ਰਹੇਗੀ, ਗਾਣੇ ਸਾਲ ਤੂੰ ਵਗ ਜੀ, ਦੋਨਾਂ ਨਾਲ ਜੀ ਲਾ ਲਈ ਜਾ ਕੇ ਵਗ ਜੀ ਉਹਨਾਂ ਨਾਲ। ਪਹਿਲਾਂ ਤੇਰੇ ਨਾਲ ਤਾਂ ਲੈ ਗਿਆ, ਹੁਣ ਉਹਨਾਂ ਨਾਲ ਲਹੂਗਾ, ਕਹਿੰਦੇ ਸ਼ਾਬਾਸ਼ ਤੇਰੇ। ਮੈਂ ਤਾਂ ਜਾ ਕੇ ਆਉਂਦੀ ਹਾਂ, ਬਾਹਲਾ ਬੋਲਿਆ ਨਾ ਕਰ, ਜਦੋਂ ਮੈਂ 2 ਮਿੰਟ ਜਾਣਾ ਹੁੰਦਾ ਨਾ ਕਿਧਰੇ, ਉਦੋਂ ਬੁੜਬੁੜ ਲੱਗ ਜਾਣੀ ਕਰਨ। ਆ ਵੀ ਤੈਨੂੰ ਚਾਹ ਕਰਕੇ ਦੇਤੀ, ਮੰਜੇ ਤੇ ਬੈਠੀ ਹੈ, ਹੁਣ ਤਾਂ ਕੋਈ ਕੰਮ ਨਹੀਂ ਕਰਦੀ, ਹੁਣ ਤਾਂ ਕੋਈ ਤਕਲੀਫ ਨਹੀਂ, ਉਹ ਦੇਖ ਲਾ ਫੇਰ ਤਾਂ ਲੀੜਿਆਂ ਦਾ ਸੀ, ਸਾਰੇ ਤਾਂ ਲੀੜੇ ਧੁੱਪ ਸੁੱਕਣੇ ਪਾਏ, ਨਾਲੇ ਮੱਝਾਂ ਸਾਂਭੀਆਂ, ਮੱਝਾਂ ਨੂੰ ਨਵਾ ਕੇ ਆਈਆਂ, ਤੇ ਨਾਲੇ ਉਹਦੇ ਚੁੱਲ੍ਹੇ ਦਾ ਕਰਿਆ ਸਾਰਾ, ਭਾਂਡੇ ਮਾਂਜ ਤੇ ਸਾਰਾ ਕੰਮ ਕਰਕੇ ਮੈਂ ਨੀ ਆਉਂਦੀ, 1 ਘੰਟਾ 1 ਘੰਟਾ ਲਾ ਕੇ ਆਊਂਗੀ, ਤੇ ਤੂੰ ਘਰੀ ਰਹੀ, ਕਿਧਰੇ ਨੀ ਜਾਣਾ। ਘਰੀ ਆ ਮੈਂ ਕਿੱਧਰ ਜਾਣਾ ਗਾ, ਮੇਰਾ ਹੱਥ ਦੁਖਦਾ ਗਾ, ਮੈਂ ਤਾਂ ਬੈਠੀ ਆਗੀ ਲਈ, ਕੰਮ ਕਿਹੜਾ ਤਾਂ ਆਪਦੇ ਸ਼ੌਂਕ ਨੂੰ ਕਰਤਾ, ਮੇਰਾ ਜੇ ਦੁਖਦਾ ਸੀ ਫੇਰ ਕਰਤਾ ਨੀ, ਕੰਮ ਤਾਂ ਤੂੰ ਇੱਥੇ ਕਰਾਉਂਦੀ, ਆਪ ਤਾਂ ਤੂੰ ਕਰਨ ਵਾਲੀ ਮੈਨੂੰ ਦੀਂਦੀ ਸੀ। ਫਿਰ ਹੁਣ ਤਾਂ ਕਰੀਏ ਨਾ, ਹੁਣ ਤਾਂ ਨੀ ਤੈਂ ਕਰਿਆ, ਜੇ ਜਾਵਾਂ ਮਿੰਟੋ ਜਾਣ ਨੀ ਦਿੰਦੀ ਵੀ ਚੜ ਕੇ ਖੜ ਜੂ। ਲੋੜਾ ਆਇਆ ਪਿਆਗਾ, ਹੁਣ ਕਹਿੰਦੀ ਮੈਂ ਉਹਨਾਂ ਦੇ ਹਿੱਸੇ ਲੈਣ ਜਾਂਦੀ ਆ, ਉਦੋਂ ਆਈ ਨੀ ਕਹਿੰਦੀ ਵੀ ਘੰਟਾ ਘੜੀ ਉਹਨਾਂ ਦੇ ਊਈ ਜਾਇਆ, 10 ਮਿੰਟ ਕੰਮ ਤਾਂ ਜੇ ਨੂੰ ਖਾਵੇ, ਹੁਣ ਪੈਸੇ ਲੱਗਣਗੇ 2 ਰੁਪਏ ਹੁਣ ਲਾਉਣ ਦੀ ਮਾਰੀ, ਤੇ ਮੁੰਡੇ ਨੂੰ ਕਹਿੰਦੇ ਐ ਇਹਨੂੰ ਵੀ ਮੁੰਡਾ ਜੇ ਮੰਡੀ ਮੁੰਡੀ ਲੈ ਗਿਆ ਪੈਸੇ ਨਾ ਲਾਇਆ ਆਵੇ ਕਿਤੇ, ਪਹਿਲੇ ਹੀ ਮੈਂ ਦੋਨਾਂ ਘਰੀ ਜਾਇਆ ਵਾ, ਉਹ ਤਾਂ ਦੋਨਾਂ ਘਰੀ ਗੇੜਾ ਨੀ ਮਾਰਦੀ, ਅੱਜ ਹੁਣ ਪੈਸਿਆਂ ਦੀ ਮਾਰੀ ਹੋ ਜਾਂਦੀ ਹੈਗੀ, ਕਹਿੰਦੇ ਆਦੀ ਮੈਂ ਜਾ ਕੇ ਆਉਂਦੀ ਉਹਨਾਂ ਦੇ, ਸ਼ਰਮ ਨੀ ਮੰਨਦੀ, ਕਿਹੜੇ ਮੂੰਹ ਕਹੇਗੀ ਤੂੰ ਉਹਨਾਂ ਨੂੰ ਵੀ ਪੈਸੇ ਦੋ ਇਲਾਜ ਕਰਾਉਣਾ ਬੁੜੀ ਦਾ, ਗੋਲਾ ਧੰਦਾ ਤਾਂ ਮੈਂ ਤੇਰਾ ਕੀਤਾ ਗਾ, ਪੈਸੇ ਲੈਣ ਉਹਨਾਂ ਦੇ ਜਾਂਦੀ ਆਦੀ, ਆਖੇ ਉਹਨਾਂ ਦੀ ਕਿਹੜਾ ਬੁੜੀ ਨੀ, ਉਹਨਾਂ ਦਾ ਕਿਹੜਾ ਹਿੱਸਾ ਨੀ, ਫਲਾਣਾ ਧਿਓਂਕਾ ਵੰਡ ਕੇ ਦਿੱਤਾ, ਕੀ ਵੰਡ ਕੇ ਦਿੱਤਾ ਸਹੁਰੇ, ਕਹਿੰਦੇ ਉਹੀ ਪਖਾਣੇ ਪਾਉਂਦੀ ਫਿਰਦੀ ਹੈ, ਤਾਂ ਮੈਨੂੰ ਲੱਗਦਾ ਇਲਾਜ ਮੇਰਾ ਕਰਾਉਣਾ ਨੀ, ਕਿਹੜਾ ਕਰਾਉਣਾ ਗਾ, ਗੇੜੇ ਦੇਣੇ ਤਾਂ ਦਿਆ। ਇਹਨਾਂ ਨੇ ਬੜਾ ਲਹੂ ਪੀਤਾ। ਉਹ ਕੋਈ ਨੀ ਭਾਈ ਤੂੰ ਹੱਖਣਾ ਯਾਰ, ਕੱਲ ਨੂੰ ਬਣ ਜੂਗੀ, ਠੇਕੇਦਾਰ ਆਉਂਦਾ ਠੀਕ ਆ। ਉਹ ਯਾਰ ਸੋਡੀ ਤਾਂ ਕੱਲ ਹੀ ਨਹੀਂ ਲੋਟ, ਰੋਜ਼ ਕੱਲ ਕਹਿ ਦੇ ਯਾਰ, ਸਾਡੇ ਜਵਾਕ ਨੀ ਟਿਕਣਗੇ ਯਾਰ, ਕਹਿ ਦੇਣਗੇ ਟੋਏ ਪੱਟਿਆਂ ਨੂੰ ਯਾਰ। ਬਾਈ ਯਾਰ ਹੁਣ ਪੈਪਾ ਲਿਆਉਣਗਾ, ਬਹੁਤ ਮੂਹਰੇ ਪੱਟਿਆ ਜਾਊਗਾ, ਫਿਰ ਪੈਣਗੇ ਆ ਬਾਈ। ਉਹ ਕਾਨ ਯਾਰ ਤੁਹਾਡੇ ਕੋਲ ਕੋਈ ਚੀਜ਼ ਤਾਂ ਹੁੰਦੀ ਨੀ, ਕਿ ਤੁਹਾਡੇ ਇਹ ਠੇਕੇਦਾਰ ਹੈ, ਕੋਈ ਸਮਾਨ ਹੁੰਦਾ ਨੀ, ਪਹਿਲੇ ਤੁਸੀਂ ਟੋਏ ਪੱਟਣ ਆ ਜਾਂਦੇ ਹੋ ਯਾਰ। ਬਾਈ ਯਾਰ ਸਾਡੀ ਗਲਤੀ ਹੁਣ ਤਾਂ ਲਾ ਗਿਆ ਯਾਰ, ਬਈ ਅੱਥਣ ਆਊਗਾ ਠੇਕੇਦਾਰ, ਉਹਦੇ ਨਾਲ ਗੱਲ ਕਰ ਲਈ ਬਈ ਯਾਰ। ਉਹ ਯਾਰ ਤੂੰ ਜਰਾ ਐਂ ਕਹਿੰਦੇ ਨੇ ਵੀ ਠੇਕੇਦਾਰ ਨਾਲ ਗੱਲ ਕਰ ਲਈ, ਕੰਮ ਤੇ ਯਾਰ ਤੁਸੀਂ ਆਉਣੇ ਹੋ, ਤੁਸੀਂ ਇਹਨੂੰ ਕਰਕੇ ਪਰੇ ਜਾਓ ਯਾਰ। ਕੰਮ ਤਾਂ ਬਈ ਹੁਣ ਅਸੀਂ ਕਰੀ ਜਾਂਦੇ ਆ, ਕੰਮ ਇਹ ਟਾਈਮ ਦਾ ਥੋੜਾ ਯਾਰ। ਕੀ ਟਾਈਮ ਦਾ ਯਾਰ, ਕੀ ਟਾਈਮ ਦਾ, ਉਹ ਜੋੜਾਂਗੇ ਬਈ, ਪਾਈਪ ਜੋੜਾਂਗੇ, ਫਿਰ ਇੱਧਰ ਲਿਆਵਾਂਗੇ, ਉਹ ਆ ਮੋਰੇ ਕੱਢਣ ਵਾਲੇ ਪਾਇਆ ਬਈ ਯਾਰ। ਉਹ ਜਿਹੜੇ ਉਹ ਜੋੜੀ ਪੋਤੇ ਮਿੱਟੀ ਦਾ ਪਾਰੇ ਆ, ਸਾਡੇ ਜਵਾਕ ਡਿੱਗ ਪੈਣਗੇ ਬਾਈ, ਉਹਦੇ ਕੋਈ ਨਹੀਂ, ਤੇਰਾ ਪਾਣੀ ਦਾ ਹੱਲ ਕਰਾਂਗੇ, ਉਹਨੂੰ ਨਵੀਂ ਪਾਵਾਂਗੇ ਬਈ ਯਾਰ। ਨਵੀਂ ਪਾਉਂਗਾ, ਮੇਰੀ ਮਾਂ ਤੇ ਨਾ ਕੱਲ ਯਾਰ 60 ਵਜੇ ਘਰੇ ਡਿੱਗ ਪਈ ਉੱਥੇ, ਹੁਣ ਕਦੇ ਆਏ ਕੋਈ ਇਸੇ ਕੋਈ ਜਵਾਕ ਨਾ ਡਿੱਗ ਪਏ ਯਾਰ। ਬਾਈ ਤੁਹਾਨੂੰ ਆਪ ਨੂੰ ਸੋਚਿਆ ਯਾਰ, ਕਿਸੇ ਦੀ ਲੱਤ ਬਾਹ ਟੁੱਟ ਗਈ ਫੇਰ। ਸੋਨੂੰ ਬਾਈ ਕਾਹਨੂੰ ਸੋਚਿਆ ਯਾਰ, ਸੋਚਦਾ ਸਾਨੂੰ ਹੈ, ਜੇ ਤੁਹਾਨੂੰ ਸੋਚ ਹੋਵੇ ਤੁਸੀਂ ਬੰਦ ਨਾ ਕਰਕੇ ਜਾਓ ਯਾਰ। ਕੋਈ ਨੀ ਬਾਈ, ਅੱਜ ਖੇਤਲਾ ਕਰਾਂਗੇ, ਬੰਦ ਹੋ ਗਈ ਠੀਕ ਆ, ਤੇ ਨਹੀਂ ਬਾਈ ਕੱਲ ਨੂੰ ਸਵੇਰ ਤੇਰਾ ਕਰਦਾ। ਮੇਰੀ ਗੱਲ ਸੁਣ ਲੈ ਬਾਈ, ਤੁਹਾਡਾ ਕੰਮ ਹੋਵੇ ਨਾ ਹੋਵੇ, ਮੈਂ ਸਵੇਰੇ ਨਾ ਇਹ ਬੰਦ ਕਰੂੰਗਾ ਆਪ ਕਹੀ ਚੱਕ। ਨਾ ਕੋਈ ਨਹੀਂ ਬਾਈ, ਠੇਕੇਦਾਰ ਨੂੰ ਠੇਕੇਦਾਰ ਨੂੰ ਕਹੀ ਨਹੀਂ, ਕਹਿ ਦਾਂਗੇ ਬਾਈ। ਹਾਂ ਤੁਹਾਡੇ ਪਾਪਾ ਪੈਣ ਨਾ ਪੈਣ, ਸਾਡਾ ਠੇਕਾ ਕਰਿਆ ਤੁਹਾਡਾ ਯਾਰ ਰੋਜ਼। ਕੋਈ ਨਹੀਂ ਬਾਈ ਯਾਰ, ਕੋਈ ਨਹੀਂ ਤੂੰ ਹਰਖਣਾ ਬਾਈ ਯਾਰ, ਅੱਜ ਪਾ ਲਾਗੇ ਬਾਈ, ਇਸ ਤਰ੍ਹਾਂ ਲੋਟ ਲੱਗਾ ਤਾਂ ਅੱਜ ਪਾ ਲਾਗੇ ਯਾਰ। ਬਸ ਲੋਟ ਲੱਗੇ ਨਾ ਲੱਗੇ ਸਾਨੂੰ ਹੀ ਲੋਟ ਦਾ ਪਤਾ ਯਾਰ। ਨਾ ਕੋਈ ਨਹੀਂ ਬਾਈ ਯਾਰ, ਕੱਲ ਨੂੰ ਲੰਘਾ ਕਰਦਾ ਹੈ, ਸਾਡੀਆਂ ਪਾਈਪਾਂ ਪਏ ਜਾਂਦੀਆਂ ਨਹੀਂ, ਅਸੀਂ ਬੰਦ ਕਰਾਂਗੇ ਇੱਥੋਂ ਯਾਰ। ਨਹੀਂ ਬਾਈ ਯਾਰ, ਕੋਈ ਕੱਲ ਨੂੰ ਬਾਈ ਯਾਰ ਤੇ ਕਲੀਅਰ ਕਰ ਦਾਂਗੇ ਯਾਰ, ਬਸ ਠੀਕ ਆ।
ਲੈ ਬੇਬੇ ਬੈਠੀ ਆ ਹੁਣ, ਬੇਬੇ ਹੁਣ ਦੱਸ ਕਿਵੇਂ ਕਰੀ ਤੂੰ ਤਾਂ ਪੱਟੀ ਬੰਨ ਕੇ ਬਹਿ ਗਈ। ਭਾਈ ਪੱਟੀ ਮੈਂ ਕਿਹੜਾ ਸ਼ੌਂਕ ਨੂੰ ਬੰਨ ਲਈ, ਜੇ ਦੁੱਖ ਦਾ ਫੇਰ ਹੀ ਬੰਨੀ ਹੈਗੀ, ਚੀਸ ਪਈ ਜਾਂਦੀ ਪੁੱਛਣਾ ਕਰੇ, ਕਹਿੰਦੇ ਐ ਕਰਦੀ ਆ ਕਦੇ ਐ ਕਰਦੀ ਆ, ਚੀਸ ਨੀ ਬੰਦ ਹੁੰਦੀ। ਬੇਬੇ ਹੁਣ ਫਿਰ ਕੀ ਕਰੀਏ ਜੇ ਚੀਸ ਨੀ ਬੰਦ ਹੁੰਦੀ? ਹਰਪ੍ਰੀਤ ਕਿੱਧਰ ਗਈ ਹੈ? ਹਰਪ੍ਰੀਤ ਫੇਰ ਦੱਸੂ, ਕਹਿੰਦੇ ਤੂੰ ਇਹਨਾਂ ਨਾਲ ਕਿਵੇਂ ਬੋਲਦਾ ਹੁੰਦਾ ਸੀ ਭਾਈ, ਕਹਿੰਦੇ ਬਾਹਰ ਕੰਮ ਕਰਦੇ ਮੁੰਡਿਆਂ ਨਾਲ, ਕੱਲ ਮੈਂ ਇਹਨਾਂ ਨਾਲ ਹੀ ਬੋਲ ਕੇ ਆਈ ਸੀ ਡੁੱਬੜਿਆਂ ਨਾਲ, ਤਾਂ ਹੀ ਮੇਰੇ ਸੱਟ ਵੱਜੀ ਹੈ। ਉਹ ਬੇਬੇ ਤੇਰੇ ਸੱਟ ਤਾਂ ਉਹੀ ਵੱਜ ਗਈ, ਇਹ ਤਾਂ ਹੁਣ ਉਹਨਾਂ ਨੂੰ ਐਂ ਕਹਿੰਦਾ ਸੀਗਾ ਵੀ ਸਾਡੇ ਬਾਰ ਚ ਜਮਾ ਤੁਸੀਂ ਟੋਏ ਪੱਟ ਗਏ, ਇਹਨਾਂ ਨੂੰ ਬੰਦ ਤਾਂ ਕਰਜਿਆ ਕਰੋ। ਚੱਲ ਭਾਈ ਕਰ ਦੇਣਗੇ ਆਪੇ, ਗਰੀਬ ਨੂੰ ਬੰਦੇ ਨੂੰ ਐਂ ਨੀ ਕਹੀ ਦਿੰਦਾ, ਹਾਂ ਮਾਰ ਜਾਂਦੀ ਹੁੰਦੀ ਆ, ਮੈਨੂੰ ਤਾਂ ਹੁਣ ਪਛਤਾਵਾ ਹੋਇਆ ਪਿਆ ਕੱਲ ਦਾ ਵੀ ਮੈਂ ਇਹਨਾਂ ਨਾਲ ਲੜਕੇ ਸੀ ਤਾਂ ਮੇਰੇ ਸੱਟ ਵੱਜ ਗਈ। ਅੱਛਾ ਤੈਨੂੰ ਐਂ ਮੈਂ ਇਹਨਾਂ ਨੂੰ ਕਹਿਤਾ ਤਾਂ ਸੱਟ ਵੱਜ ਗਈ? ਹੋਰ ਉਹ ਬੇਬੇ ਜੀ ਇਹਨਾਂ ਨੂੰ ਨਾ ਕਿਹਾ ਨਾ, ਇਹ ਤਾਂ ਇੱਥੇ ਮਹੀਨਾ ਨਹੀਂ ਟੋਆ ਬੰਦ ਕਰਨੇ ਆਪਣੇ ਬਾਰ ਦੇ ਇਹਨਾਂ ਨੇ। ਚੱਲ ਕੋਈ ਨਾ ਭਾਈ ਬੰਦ ਤਾਂ ਕਰਨਗੇ ਹੀ, ਇਹਨਾਂ ਨੇ ਵਿਚਾਰੇ ਨੇ ਇੱਥੇ ਜਿਹੜਾ ਘਰ ਪਾਉਣਾ ਹੈਗਾ ਕੰਮ ਕਰਨਗੇ, ਕੰਮ ਕਰਕੇ ਇਹ ਬੰਦ ਕਰ ਦੇਣਗੇ। ਚੱਲ ਕੋਈ ਨਾ, ਤੇ ਹਰਪ੍ਰੀਤ ਮੈਨੂੰ ਚਾਹ ਕਰਕੇ ਤਾਂ ਦੇਗੀ, ਪੁੱਤ ਉਹ ਤਾਂ ਕਹਿੰਦੇ ਉੱਧਰ ਬਾਗੀ ਸੱਤੀ ਕਿਤੇ ਗੋਰੇ ਕੇ ਘਰੇ, ਕਹਿੰਦੀ ਮੈਂ ਹਿੱਸਾ ਲੈ ਕੇ ਆਉਣੀ ਤੇਰਾ ਇਲਾਜ ਕਰਾਵਾਂਗੇ। ਬੇਬੇ ਉਧਰ ਗਈ ਹੈ ਉਹ? ਹਾਂ ਉਧਰ ਗਈ ਹੈ ਪੁੱਤ, ਦੇਖ ਲੈ ਕਹਿੰਦੇ ਕੰਮ ਮੈਂ ਇੱਥੇ ਤੇਰੇ ਕੋਲੇ ਕਰਦੀ ਆਂ, ਤੁਹਾਡੇ ਘਰੇ ਕਰਦੀ ਆਂ, ਤੇ ਹਿੱਸਾ ਲੈਣ ਉਧਰ ਗਈ ਹੈ। ਕਿਉਂ ਪੁੱਤ ਤੂੰ ਇਲਾਜ ਨਹੀਂ ਕਰਾ ਸਕਦਾ, ਤੇਰੇ ਕੋਲ ਪੈਸੇ ਨਹੀਂ ਪੁੱਤ? ਉਹ ਬੇਬੇ ਪਹਿਲਾਂ ਵੀ ਤੇਰਾ ਮੈਂ ਇਲਾਜ ਕਰਾਉਂਦਾ ਹੀ ਰਿਹਾ, ਕੀ ਗੱਲ ਹੈ ਮਾੜੀ ਮੋਟੀ ਗੱਲ ਹੈ? ਉਹ ਪਤਾ ਨਹੀਂ ਹੁਣ ਦਿਮਾਗ ਨੂੰ ਹਰਪ੍ਰੀਤ ਦੇ ਨੂੰ ਕੀ ਹੋਇਆਗਾ, ਉਹ ਤਾਂ ਨਾ ਹਰ ਇੱਕ ਗੱਲ ਤੇ ਕਹਿੰਦੀ ਹੈ ਤੂੰ ਬੇਬੇ ਦਾ ਹਿੱਸਾ ਲੈ ਲੈ, ਬੇਬੇ ਦਾ ਹਿੱਸਾ ਲੈ ਲੈ। ਉਹ ਐਡੀ ਗੱਲ ਤਾਂ ਕੋਈ ਹੈ ਨਹੀਂ ਜਿੱਡੀ ਉਹਨੇ ਗੱਲ ਬਣਾ ਰੱਖੀ। ਹੁਣ ਮੈਂ ਦੱਸ ਕੀ ਕਰਾਂ? ਕੀ ਕਰੀਏ ਪੁੱਤ, ਫਿਰ ਮੈਂ ਇਹਨਾਂ ਦੀ ਸੀ ਕਹਿੰਦੇ ਉਧਰ ਗਈ ਹੈ, ਉਹਨੇ ਚਿਰ ਚ ਤੂੰ ਮੈਨੂੰ ਦਵਾਈ ਦਵਾ ਲੈ, ਬਗ ਚੱਲ ਮੇਰੇ ਨਾਲ ਲੈ ਚੱਲ। ਬੇਬੇ ਮੇਰੀ ਗੱਲ ਸੁਣ ਲੈ, ਉਹ ਦਵਾਈ ਤਾਂ ਮੈਂ ਤੈਨੂੰ ਦਵਾ ਲਿਆਉਂਗਾ, ਕੋਈ ਗੱਲ ਨਹੀਂ, ਜਦੋਂ ਆਪਾਂ ਵਾਪਸ ਆਏ ਕਿਹਦੇ ਘਰੇ ਵੜਾਂਗੇ, ਆਪਣੇ ਨਾਲ ਲੜੂਗੀ ਉਹ। ਦੇਖ ਲੈ ਭਾਈ ਮਰਜ਼ੀ ਹੈ ਤੇਰੀ, ਕਹਿੰਦੇ ਉਹ ਤਾਂ ਲੜੂਗੀ, ਲੜਨਾ ਤਾਂ ਉਹਨੇ ਊਂ ਵੀ ਹੈ, ਜੇ ਦਵਾਈ ਦਵਾ ਲਿਆਂਗਾ ਤਾਂ ਵੀ ਲੜੂ, ਨਹੀਂ ਲੜੀ ਤਾਂ ਊਂ ਵੀ ਜਾਂਦੀ, ਉਹਨਾਂ ਨੇ ਨਾ ਪੈਸੇ ਦਿੱਤੇ ਲੜੂ ਫੇਰ ਵੀ। ਬੇਬੇ ਮੇਰੀ ਗੱਲ ਸੁਣ ਲੈ ਤੂੰ, ਐਵੇਂ ਨਹੀਂ ਉਹ ਲੜਦੀ, ਜਿਹੜੀ ਮੇਰੀ ਤਾਈ ਆਉਂਦੀ ਹੈ ਨਾ ਤਾਈ, ਤੈਨੂੰ ਪਤਾ ਉਹ ਤੇਰੇ ਕੋਲੇ ਤਾਂ ਗੱਲਾਂ ਕੁਛ ਹੋਰ ਕਰਦੀ ਹੈ। ਅੱਛਾ, ਉਹਦੇ ਕੋਲੇ ਗੱਲਾਂ ਕੁਛ ਹੋਰ ਕਰਦੀ ਹੈ ਜਾ ਕੇ, ਉਹ ਸਾਰਾ ਤਾਂ ਆਪਣਾ ਘਰ ਦਾ ਸਿਸਟਮ ਉਸ ਨੇ ਖਰਾਬ ਕਰ ਰੱਖਿਆ। ਤੇ ਤਾਈ ਤੇ ਭਾਈ ਕਹਿੰਦੇ ਮੈਨੂੰ ਤਾਂ ਬੁਲਾਈ ਸਰਾਉਂਦੀ ਹੈ, ਕਹਿੰਦੇ ਤੂੰ ਸਾਰਾ ਦਿਨ ਕੰਮ ਕਰਦੀ ਐ ਕਰਦੀ ਆ ਬਾਹ ਕਰਦੀ ਆ, ਕਹਿੰਦੇ ਮੈਨੂੰ ਤਾਂ ਕਹਿੰਦੀ ਤੂੰ ਕਰਿਆ ਨਾ ਕਰ ਬਹਿ ਕੇ ਖਾ ਰੋਟੀ। ਉਹ ਬੇਬੇ ਉਹ ਤਾਂ ਪੰਪ ਮਾਰਦੀ ਐ, ਪੰਪ ਸਟੀਲ ਦੀ ਬੋਕੀ ਵਾਲੇ, ਤੈਨੂੰ ਇਹਨਾਂ ਗੱਲਾਂ ਦਾ ਕਿੱਥੇ ਪਤਾ ਲੱਗਦਾ? ਤੈਨੂੰ ਤਾਂ ਉਹ ਐਂ ਕਹਿੰਦੀ ਵੀ ਤੂੰ ਕੰਮ ਵਾਲਾ ਕਰਦੀ ਐ। ਹਰਪ੍ਰੀਤ ਕੋਲੇ ਉਹ ਐਂ ਜਾ ਕੇ ਕਹਿੰਦੀ ਐ ਸੋਡੀ ਬੁੜੀ ਤਾਂ ਪੂਰਾ ਕੰਮ ਨਹੀਂ ਕਰਦੀ, ਚੁਗਲਖੋਰ ਐ, ਪੱਕੀ ਚੁਗਲਖੋਰ ਆ। ਅੱਛਾ ਭਾਈ ਐਂ ਕਹਿੰਦੀ, ਮੇਰੇ ਕੋਲ ਤਾਂ ਕਹਿੰਦੇ ਬੁਰਾ ਸਰਾ ਕੇ ਜਾਂਦੀ ਐ, ਮੈਨੂੰ ਤਾਂ ਕਹਿੰਦੀ ਤੁਹਾਡੀ ਬਹੂ, ਕਹਿੰਦੇ ਇੱਥੋਂ ਕੰਮ ਕਰਾਉਂਦੀ, ਸਾਡੀ ਬਹੂ ਕਰਾਉਂਦੀ ਨੀ, ਅੱਗੇ ਤੇਰੇ ਨੂੰ ਤਾਂ ਲਾਲਚ ਨਾ, ਕਹਿੰਦੀ ਮੈਂ ਤਾਂ ਕਿਤੇ ਤੁਰੀ ਫਿਰ, ਮੈਨੂੰ ਤਾਂ ਕਦੇ ਕੰਮ ਨੂੰ ਕਿਹਾ ਹੀ ਨੀ। ਅੱਛਾ, ਇਹ ਗੱਲਾਂ ਹੁੰਦੀਆਂ ਨੇ। ਹਾਂ, ਉਹ ਬੇਬੇ ਸੋਨੂੰ ਕਿੱਥੇ ਪਤਾ ਲੱਗਦਾ ਹੈਗਾ, ਉਹ ਸਾਰਾ ਦਾ ਸਿਸਟਮ ਉਹੀ ਖਰਾਬ ਕਰਨ ਤੇ ਲੱਗੀ ਹੋਈ ਐ। ਉਹ ਪਹਿਲਾਂ ਕਦੇ ਨੇ ਕਿਹਾ ਸੀ ਮਾੜੀ ਮੋਟੀ ਗੱਲ ਤੇ ਵੀ ਮੈਂ ਛੱਤੀ ਤੋਂ ਜਾਂ ਗੋਰੇ ਤਾਂ ਮੈਂ ਹਿੱਸਾ ਲੂੰ? ਨਾ, ਕਦੇ ਨਹੀਂ ਸਿੱਖਿਆ ਭਾਈ, ਸਾਰੀਆਂ ਗੱਲਾਂ ਸਾਰੀਆਂ ਉਹੀ ਸਿੱਖ ਕੇ ਜਾਂਦੀ ਐ ਇਹਨੂੰ। ਅੱਗੇ ਤਾਂ ਕਦੇ ਨਹੀਂ ਸੀ ਕਿਹਾ ਭਾਈ, ਜੇ ਤੂੰ ਕਹੇ ਤਾਂ ਫਿਰ ਮੈਂ ਜਾਣਾ ਮੰਦਰ ਤਾਈ ਕੋਲ ਪੁੱਛ ਕੇ ਆਵਾਂ। ਬੇਬੇ ਤੇਰੀ ਮਰਜ਼ੀ ਐ, ਕਹੇ ਤੂੰ ਮੇਰਾ ਜਾ ਕੇ ਨਾ ਲੈ ਜੀ ਸਿੱਧੀ। ਨਾ 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 ਤਾਂ ਕਿਉਂ ਲਾਉਂਗੀ, ਮੈਂ ਇਹ ਆਖੂਗੀ ਜਾ ਕੇ ਵੀ ਅੱਗੇ ਤਾਂ ਸਾਡੀ ਬਹੂ ਨੇ ਕਦੇ ਪੈਸਾ ਧੇਲਾ ਦੂਜੇ ਮੁੰਡੇ ਤੋਂ ਮੰਗਿਆ ਨਹੀਂ ਸੀ, ਹੁਣ ਕਿਵੇਂ ਮੰਗਦੀ, ਕੀ ਗੱਲ ਤੈਨੂੰ ਪਤਾ ਕੁਛ? ਬੇਬੇ ਤੇਰੀ ਮਰਜ਼ੀ ਐ, ਜੇ ਤੂੰ ਮੇਰਾ ਨਾਂ ਲੈ ਤਾ ਨਾ, ਉਹ ਤਾਂ ਲੜਾਈ ਦਾ ਗੱਡਾ, ਉਹ ਤਾਂ ਮੈਨੂੰ ਘੇਰ ਕੇ ਖੜ ਜੂਗੀ। ਹੁਣ ਫਿਰ ਕਿਵੇਂ ਕਰਾਂ ਪੁੱਤ, ਪਤਾ ਤਾਂ ਮੈਂ ਲਿਆਉਣੀ, ਦੇਖੀ ਉਹ ਨਾਂ ਤਾਂ ਮੈਂ ਤੇਰਾ ਲੈਂਦੀ ਨੀ। ਬੇਬੇ ਮੇਰੀ ਗੱਲ ਸੁਣ ਲੈ, ਹੁਣ ਮੈਂ ਤਾਂ ਖੇਤੋਂ ਆਇਆ ਸੀਗਾ, ਹਰਪ੍ਰੀਤ ਹਜੇ ਘਰੇ ਨਹੀਂ ਗਈ, ਉਹ ਪਤਾ ਨਹੀਂ ਉਹਨਾਂ ਦੇ ਘਰੇ ਕੀ ਬੋਲ ਕੇ ਆਊ ਕੀ ਨਾ ਬੋਲ ਕੇ ਆਊ, ਹੁਣ ਤੇਰੀ ਮਰਜ਼ੀ ਐ ਜਾਣਾ ਨਾ ਜਾਣਾ, ਮੈਂ ਤਾਂ ਤੈਨੂੰ ਸਹੀ ਗੱਲ ਦੱਸਤੀ। ਚੱਲ ਠੀਕ ਐ ਪੁੱਤ, ਫਿਰ ਆ ਜਾਂਦੇ ਹਰਪ੍ਰੀਤ ਨੂੰ ਉਦੋਂ ਬਾਅਦ ਚ ਹੀ ਜਾਊਂਗੀ, ਫਿਰ ਕੋਈ ਨਾ ਲੰਘਦੀ ਟੱਪਦੀ ਜਾਂ ਤੇਰੇ ਤਾਈ ਨੂੰ ਮੈਂ ਇੱਥੇ ਪੁੱਛ ਲੂੰਗੀ। ਬਸ ਉਹਦਾ ਹੁਣ ਤੁਸੀਂ ਦੇਖ ਲਓ, ਸਾਰਾ ਕੰਮ ਤਾਂ ਉਹੀ ਖਰਾਬ ਕਰਦੀ ਹੈਗੀ। ਫਿਰ ਮੈਨੂੰ ਕੀ ਪਤਾ ਪੁੱਤ, ਮੈਂ ਤਾਂ ਧੀ ਬੈਠੀ ਆ, ਮੈਨੂੰ ਤਾਂ ਮੇਰੀ ਮਿਹਨਤ ਕਰਾਉਂਦੀ ਆ, ਮੇਰੀ ਭੈਣ ਆ, ਮੈਨੂੰ ਕੀ ਪਤਾ ਮੇਰੇ ਜੜਾਂ ਚ ਰਾਤੀ ਉਹੀ ਫੇਰੀ ਜਾਂਦੀ ਆ। ਬੇਬੇ ਤੁਹਾਡੀਆਂ ਜੜਾਂ ਚ ਰਾਤੀ ਫਿਰਦੀ ਆ ਉਹ ਆਪਣੇ ਤੇ ਤੈਨੂੰ ਪਤਾ ਹੀ ਹੈ।
ਚੰਗੀ ਕਿੱਥੋਂ ਕਰਦੀ ਹੈ? ਸਹੀ ਹੈ ਪੁੱਤ, ਸਰੀਕ ਤੇ ਸਰੀਕ ਕੌਣ ਰਾਜੀ ਹੁੰਦਾ ਉਹਨੂੰ? ਐ ਵੀ ਕੰਮ ਕਰਦੀ ਫਿਰਦੀ ਸਾਰਾ ਦਿਨ, ਮੇਰੇ ਕੋਲ ਕੁਛ, ਉਹਦੇ ਕੋਲ ਕੁਛ, ਦੋਨਾਂ ਨੂੰ ਲੜਾਈ ਜਾਂਦੀ ਹੈ। ਹਾਂ ਐ ਲੜਾਉਂਦੀ ਹੈ। ਚੰਗਾ ਬੇਬੇ, ਚੰਗਾ ਪੁੱਤ, ਜੇ ਤੂੰ ਜਾ ਕੇ ਆਉਣਾ ਨਾ ਜਾ ਕੇ ਆਉਣਾ, ਆਪਦੀ ਮਰਜ਼ੀ ਕਰ, ਮੈਂ ਤਾਂ ਮੱਝਾਂ ਨੂੰ ਨੀਰਾ ਪਾਉਣਾਗਾ। ਚੰਗਾ ਪੁੱਤ, ਪਾ ਦੇ ਨੀਰਾ, ਚਾਹ ਪਾਣੀ ਪੀ ਲੈ, ਝਕਰੀ ਪੀ ਹੋਊਗੀ, ਕੋਈ ਨਾ, ਦੇਖਦੀ ਆ। ਗੱਲ ਵੀ ਸਹੀ ਹੈ ਮੁੰਡੇ ਵਾਲੀ, ਮੇਰੇ ਕੋਲ ਆਉਂਦੀ ਜਦੋਂ ਮੇਰੀ ਬਣ ਜਾਂਦੀ ਹੈ, ਜਦੋਂ ਉੱਥੇ ਜਾਂਦੀ ਉੱਥੋਂ ਉਹਦੇ ਨਾਲ ਮਿੱਠੀਆਂ ਮਾਰੀ ਜਾਂਦੀ ਹੈ, ਹਰਪ੍ਰੀਤ ਨਾਲ ਗੱਲਾਂ ਸੁਣਦੀਆਂ ਹੈ ਨੀ, ਘੁਸਰ ਘੁਸਰ ਕਰੀ ਜਾਂਦੀਆਂ, ਇੱਥੋਂ ਮੇਰੇ ਕੋਲ ਜਾਂਦੀ ਜਿਹੜੀਆਂ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਉੱਥੇ ਦੱਸਿਆ ਹੁੰਦੀਆਂ ਸਾਰੀਆਂ, ਉਹਦੇ ਵਾਂਗ ਮੈਨੂੰ ਦੱਸਦੀ ਨੀ। ਮੈਨੂੰ ਲੱਗਦਾ ਹੋਊਗਾ ਹੀ ਸਾਡੇ ਘਰੇ, ਕਹਿੰਦੇ ਇਹਦੇ ਆਈ ਗੁਰਲਾਲ ਵਾਲੀ ਤਾਈ ਲਾਉਂਦੀ ਹੈਗੀ ਲੱਗਦਾ ਮੈਨੂੰ, ਸ਼ੱਕ ਮੇਰੀ ਭੈਣ ਦੀ, ਪਹਿਲਾਂ ਤਾਂ ਮੈਨੂੰ ਪਤਾ ਨੀ ਸੀ, ਹੁਣ ਮੈਨੂੰ ਪਤਾ ਲੱਗਦਾ ਥੋੜਾ ਥੋੜਾ ਮੁੰਡੇ ਤੋਂ ਵੀ, ਕਹਿੰਦੇ ਮੇਰੇ ਭੈਣ ਹੀ ਘਰ ਪੱਟੀ ਜਾਂਦੀ ਹੈ, ਦੇਖਦੀ ਆ ਇੱਥੇ ਬਾਰ ਕੇ ਕੀ ਆ, ਲੰਘੀ ਜਾਂਦੀ ਮਿਲ ਜੇ, ਪੁੱਛੋ ਤਾਂ ਮੈਂ ਸਹੀ, ਹਟਦੀ ਤਾਂ ਹੈ ਨੀ ਉਹਨੂੰ, ਸਾਡੇ ਘਰ ਚ ਜਿਹੜਾ ਬਗਿਆੜ ਪਾਉਂਦੀ ਸਾਨੂੰ ਸੱਸ ਨੂੰ, ਸਾਨੂੰ ਹੀ ਲੜਾਈ ਜਾਂਦੀ ਹੈ। ਹੁੰਦਾ ਤਾਂ ਸੰਨੀ ਪਾਉਣ ਵੱਗ ਗਿਆ, ਜਾ ਕੇ ਹੋਣੀ ਪਤਾ ਲੈ ਕੀ ਹੋਣੀ ਹੈਗੀ, ਹੁਣ ਜਦੋਂ ਪਤਾ ਹੀ ਲੱਗ ਗਿਆ ਕਹਿੰਦੇ ਪੁੱਛਾਂ ਤਾਂ ਸਹੀ, ਜੇ ਕਹਿੰਦੇ ਘਰ ਇਹ ਖਰਾਬ ਕਰਦੀ ਹੋਈ ਕਹਿੰਦੇ ਸਾਡਾ, ਦੇਖੀ ਸਹੀ ਇਹਦੇ ਨਾਲ ਕੀ ਬਣਦਾ ਮੇਰੇ ਵਾਲੀ ਭੈਣ ਨਾਲ, ਗੱਲਾਂ ਤਾਂ ਉਹ ਕਰਦੀ ਹੈ ਨਾ ਜ਼ਿਆਦਾ ਥੋੜੀਆਂ ਜਿਹੀਆਂ, ਮੇਰੇ ਕੋਲ ਮੇਰੀ ਬਣ ਜਾਂਦੀ, ਉਹਦੇ ਕੋਲ ਜਾ ਕੇ ਸਾਰੀਆਂ ਗੱਲਾਂ ਮੇਰੀਆਂ ਦੱਸ ਦਿੰਦੀ ਹੈ, ਤੇ ਛਿੱਤਰ ਮੇਰੇ ਇਹੀ ਪਵਾਈ ਜਾਂਦੀ ਹੈਗੀ, ਜਾ ਕੇ ਕਰਦੀ ਆ ਗੱਲ, ਕੋਈ ਨਾ ਉਸ ਤਾਂ ਦੱਸੂਗੀ ਵੀ ਮੈਂ ਕੀ ਕਹਿੰਦੀ ਹਾਂ ਕੀ ਨਹੀਂ ਕਹਿੰਦੀ। ਕਿੰਨਾ ਟਾਈਮ ਲੱਗ, ਮੈਂ ਤਾਂ ਵੱਡੇ ਗੇਟਾਂ ਚ ਵੀ ਮਾਰ ਕੇ ਜਾਂ ਧੱਕੇ ਛੋਟਾ ਦੇਖਦੀ ਆ, ਖੁੱਲਾ ਉਹ ਨੀ ਭੈਣੇ, ਉਹ ਕੁੱਤਾ ਭੌਂਕੀ ਜਾਂਦਾ ਅੰਦਰੋਂ, ਡਾਈ ਬੈਠੀਆਂ ਬਾਹਰ ਦੇਖ ਲਾ, ਪਤਾ ਨੀ ਹੈਗੀ ਆ, ਪਤਾ ਨੀ ਹੈ ਨੀ ਅੰਦਰ, ਅੰਦਰ ਹੀ ਹੋਣਗੀਆਂ, ਜੋ ਬਾਹਰ ਅੰਦਰੋਂ ਅੜੇ ਹੈਗੇ, ਜਾਣ ਕੇ ਨੀ ਖੋਲਦੇ, ਇਹਨਾਂ ਨੂੰ ਸਾਰਾ ਪਤਾ ਵੀ ਹਰਪ੍ਰੀਤ ਆਈ ਹੈਗੀ, ਦੇਖ ਲਾ ਨਾ ਤਾਂ ਉਹਨੇ ਖੋਲਿਆ, ਖੁਸ਼ੀ ਨੇ ਖੋਲੇ, ਤੇ ਨਾ ਹੁਣ ਇਹ ਖੋਲਦੀ ਹੈਗੀ ਮਨਪ੍ਰੀਤ, ਦੋਨਾਂ ਨੇ ਗੇਟ ਅੜੇ ਪਏ ਗੇ, ਜਾਂ ਤਾਂ ਇਹਨਾਂ ਨੂੰ ਕਿਸੇ ਨੇ ਦੱਸਤਾ ਵੀ ਬੇਬੇ ਦੇ ਵੱਜੀ ਸੱਟ, ਤੇ ਤੁਸੀਂ ਗੇਟ ਨਾ ਖੋਲਿਓ, ਤੁਹਾਡੇ ਆਊਗੀ, ਇਹ ਨੀ ਪਤਾ ਤਾਈ ਫਿਰ ਗਈ ਹੋਵੇ, ਨਾ ਤਾਈ ਨੇ ਮੇਰੇ ਕੋਲ ਕਹਿਤਾ, ਨਾ ਤਾਈ ਇੱਧਰ ਆ ਗਈ ਹੋਵੇ, ਕੀ ਪਤਾ ਲੱਗਦਾ ਹੁਣ ਬੰਦੇ ਦਾ, ਦੋ ਪੰਤਾ ਵੀ ਹੋ ਸਕਦਾ ਬੰਦਾ, ਤਾਈ ਨੇ ਤਾਂ ਮੈਨੂੰ ਆਖਿਆ ਸੀ ਵੀ ਉਹਨਾਂ ਤੋਂ ਦੋਨਾਂ ਘਰਾਂ ਤੋਂ ਹਿੱਸਾ ਲਿਆ, ਕੀ ਕਰਾਂ ਹੁਣ, ਹੁਣ ਕਿਹਦੇ ਜਾਵਾਂ, ਦੇਖਾਂ ਦੁਬਾਰੇ ਸੱਤੀ ਕਾ ਖੜਕਾ ਕੇ ਦੇਖਾਂ ਗੇਟ। ਪੁੱਛਦੀ ਹੈ ਘਰੇ ਹੈਗੀ ਇੱਕ, ਹੈ ਨੀ ਗੀ, ਦੀਦੀ ਤਾਂ ਹੈ ਨੀ ਗੀ, ਉਹ ਫਿਰਦੀ ਹੈ ਚੌਂਤਰੇ ਤੇ, ਮੰਨੂ ਕਿਹੜਾ ਇਹ ਕਹਿਣ ਵਾਲੀ ਗੱਲ ਤਾਂ ਕਿਹਾ ਹੀ, ਹੁਣ ਕਿੱਥੋਂ ਮੰਨਦੀ ਆ, ਬੰਦ ਕਿੰਨੇ ਕਹੀ ਜਾਵਾਂ ਮੈਂ ਇਹਨੂੰ। ਗੁਰਜੀਤ ਹੋ ਘਰੇ? ਹਾਂ ਆ ਜਾ। ਆ ਗਈ ਨੀ, ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਆ ਭੈਣੇ। ਕੀ ਕੰਮ ਆ ਭੈਣੇ, ਇਹੋ ਜਿਹਾ ਕੋਈ ਵਧੀਆ ਦੱਸੀ। ਨੀ ਵਧੀਆ ਕੀ ਦੱਸੂ ਭੈਣੇ, ਪੁੱਛ ਨਾ। ਹਾਂ ਤੂੰ ਕੀ ਕਿਹਾ ਹੀ ਕਹਿੰਦੇ ਸਾਡੀ ਬਹੂ ਨੂੰ? ਹੁਣ ਮੈਂ ਕੀ ਕਹਿ ਕੇ ਆਉਣਾ ਸੀ? ਨਹੀਂ ਭੈਣੇ, ਕਹਿੰਦੇ ਜੇ ਤੂੰ ਕਹਿ ਕੇ ਹੀ ਆ ਫੇਰੀ ਆ, ਪਹਿਲਾਂ ਤੁਹਾਡੀ ਬਹੂ ਨੇ ਕਦੇ ਨਾ ਹੀ ਨੀ ਲਿਆ, ਕਹਿੰਦੇ ਹਿੱਸੇ ਦਾ, ਉਹ ਦੂਜੇ ਮੁੰਡੇ ਦਾ ਕਹਿੰਦੇ ਹਿੱਸਾ ਲੈ ਕੇ ਉਹ ਫੇਰ ਇਲਾਜ ਕਰਾਵਾਂਗੇ ਆ ਦੀ। ਮੈਂ ਤਾਂ ਤੇਰੇ ਤੇ ਸ਼ੱਕ ਆ ਵੀ ਤਾਈ ਕਿਹਾ। ਨਹੀਂ ਭੈਣੇ, ਉਹਨੇ ਆਪਦੇ ਮਣੀ ਬਣਾ ਲਈ ਹੋਊ ਗੱਲ ਵੀ ਮੈਂ ਇੱਕ ਬੁੜੀ ਤਾਂ ਪੈਸੇ ਨਾਵਾ ਬੁੜੀ ਸਾਂਝੀ ਹੈਗੀ ਤਿੰਨ ਪੁੱਤਾਂ ਦੀ ਮਾਂ ਜੀ। ਨੀ ਤਿੰਨ ਪੁੱਤਾਂ ਦੀ ਮਾਂ, ਅੱਗੇ ਤਾਂ ਕਹਿੰਦੇ ਫਿਰ ਇਹੋ ਜਿਹੀ ਗੱਲ ਉਹਨੇ ਸੋਚੀ ਨੀ, ਸਾਂਝੀ ਹੋਈ ਗੱਲ ਹੈ, ਅੱਗੇ ਤਾਂ ਮੇਰੇ ਮਾੜਾ ਜਿਹਾ ਦੁਖਦਾ ਉਹਦੀ ਕੋਈ ਦਵਾਈ ਆਪ ਲਿਆਉਂਦੀ ਗੁਰਲਾਲ ਤੋਂ ਮੰਗਾਉਣ ਦੀ, ਹੁਣ ਮੇਰੇ ਤਾਂ ਕੱਲ ਹੀ ਪੱਟੀ ਬੰਨੀ ਹੈ, ਕਹਿੰਦੇ ਮਾੜੀ ਜਿਹੀ ਟੂਪ ਲਾ ਕੇ ਮੁੰਡੇ ਨੇ, ਤੇ ਮੁੜ ਕੇ ਕਹਿੰਦੇ ਮੇਰੇ ਤਾਂ ਨਾ ਹੀ ਨੀ ਲੈਂਦੀ, ਕਹਿੰਦੇ ਜੇ ਦੂਜੇ ਹਿੱਸਾ ਦੇਣਗੇ ਤਾਂ ਮੈਂ ਇਲਾਜ ਕਰਾਉਂਦੀ, ਮੈਂ ਤਾਂ ਕਰਾਉਂਦੀ ਨੀ। ਨੀ ਭੈਣੇ, ਬਾਹਰ ਅੰਦਰ ਵਗ ਜਾਂਦੀ ਆ, ਕਿਸੇ ਨੇ ਹੋਰ ਕਹਿਤਾ ਹੋਊਗਾ ਵੀ ਉਹਨਾਂ ਦੀ ਵੀ ਮਾਂ ਹੈਗੀ ਵੀ ਤੂੰ ਉਹਨਾਂ ਤੋਂ ਵੀ ਹਿੱਸਾ ਲੈ। ਨੀ ਨਹੀਂ ਭੈਣੇ, ਕਿਸੇ ਨੇ ਨੀ ਕਿਹਾ, ਮੈਨੂੰ ਤਾਂ ਤੇਰੇ ਤੇ ਸ਼ੱਕ ਆ ਬਣੇ, ਤਾਂ ਕਿਹਾ ਹੈਗਾ, ਕਹਿੰਦੇ ਮਨ ਚਾਹੇ ਨਾ ਮਨ, ਮੇਰੇ ਕੋਲ ਤਾਂ ਤੂੰ ਮੇਰੀ ਬਣ ਜਾਣੀ, ਉਹ ਕੋਲ ਜਾ ਕੇ ਉਹਦੀ ਬਣ ਜਾਣੀ ਆ, ਕੱਲ ਤੂੰ ਮੇਰੇ ਕੋਲ ਉੱਠ ਕੇ ਉਹਦੇ ਕੋਲ ਗਈ ਹੈ। ਲੈ ਜੇ ਗਈਆਂ ਭੈਣੇ, ਫਿਰ ਮੈਂ ਕੋਈ ਚੁਗਲੀ ਨਾ ਨੀ ਕਰਕੇ ਆਈ ਤੇਰੀਆਂ, ਕੋਈ ਜੇ ਕਰੀ ਹੋ, ਕੋਈ ਤੇਰੇ ਫਾਇਦੇ ਦੀ ਗੱਲ ਤਾਂ ਮੈਂ ਭਵਾਂ ਦੀ ਕਰੀ ਹੋਵੇ, ਨੀ ਮੈਂ ਤਾਂ ਦੇਖ ਫਾਇਦੇ ਦੀ ਗੱਲ ਨੀ ਮੈਂ ਤੇਰੀ ਕਰੀ। ਮੈਨੂੰ ਤਾਂ ਲੱਗਦਾ ਨੀ ਮੇਰੀ ਫਾਇਦੇ ਦੀ ਗੱਲ ਕਰੀ ਆ, ਮਰਜ਼ੀ ਆ ਤੇਰੀ ਭੈਣੇ,
ਦੇਖ ਲਾ ਕਹਿੰਦੇ ਹੁੰਦੇ ਸਿਆਣੇ ਆਈ ਸੱਥ ਕਰ ਲਾਈ ਸੱਥ ਬਾਹਰ ਲੱਗਿਆ ਤੇ ਤੂੰ ਮੇਰੇ ਵੱਲ ਨਾ ਇਹ ਜੀਆਂ ਬਾਇਪਾ ਕਰਿਆ ਕਰ ਸਵੇਰੇ ਤੇਰੀ ਨੂੰਹ ਕਰੂਗੀ ਤੇਰੇ ਨਾਲ ਅੱਜ ਤੂੰ ਮੇਰੇ ਨਾਲ ਕਰਦੀ ਆ ਜੀ ਮੇਰੀ ਨੂੰਹ ਕੋਲ ਵੀ ਭੈਣੇ ਸਿੱਖਿਆ ਸਿਖਾ ਕੇ ਜਾ ਕੋਈ ਨੀ ਸੁੱਕਦਾ ਸਿੱਖਦਾ ਤੇ ਤੂੰ ਮੇਰੀ ਨੂੰਹ ਨੂੰ ਸਿੱਖਿਆ ਜੇ ਸਿੱਖ ਲੂਗੀ ਇਹ ਆਪ ਹੀ ਸਿੱਖੀ ਸਿਖਿਆਈ ਹੈ ਨਹੀਂ ਨਹੀਂ ਭੈਣੇ ਕਹਿੰਦੇ ਜਦੋਂ ਕਹਿੰਦੇ ਕੰਨਾਂ ਦੇ ਕੱਚੇ ਹੁੰਦੇ ਮੇਰੀ ਨੂੰਹ ਕੰਨਾਂ ਦੀ ਕੱਚੀ ਹੈ ਮਗਰ ਲੱਗ ਜਾਂਦੀ ਹੈ ਕਿ ਤੂੰ ਸਿੱਖਿਆ ਵਾਲੀ ਮਗਰ ਲਾ ਲਈ ਉਹ ਨਹੀਂ ਭੈਣੇ ਕੁਛ ਮਰਜ਼ੀ ਕਹਿ ਲਾ ਜਾਂ ਕੋਈ ਤੇਰੇ ਮਨ ਚ ਹੋਰ ਕੱਚਾ ਨਾ ਹੋਰ ਵੀ ਗੱਲਾਂ ਕਹਿ ਲਾ ਮੈਨੂੰ ਤਾਂ ਕੋਈ ਗੁੱਸਾ ਨਹੀਂ ਆਉਂਦਾ ਆਪ ਹੀ ਨੀ ਆਉਣਾ ਬਹਿ ਤੈਨੂੰ ਗੁੱਸਾ ਜੇ ਤਾਂ ਗੱਲਾਂ ਕਹੀਆਂ ਤੈਨੂੰ ਗੁੱਸਾ ਕਹਦਾ ਹੋਊਗਾ ਜੇ ਤਾਂ ਨਾ ਕਹੀਆਂ ਹੋਣਗੀਆਂ ਤਾਂ ਗੁੱਸਾ ਆਊਗਾ ਹੁਣ ਤਾਂ ਕਹੀਆਂ ਗੱਲਾਂ ਤਾਂ ਗੁੱਸਾ ਨਹੀਂ ਗੁੱਸਾ ਆਉਂਦਾ ਹੀ ਨੀ ਜੇ ਮੈਂ ਕਹੀਆਂ ਹੋਣਗੀਆਂ ਮੈਨੂੰ ਫੇਰ ਗੁੱਸਾ ਆਊਗਾ ਕਿਤੇ ਮੈਂ ਆਖਿਆ ਨੀ ਮੈਨੂੰ ਗੁੱਸਾ ਆਊਗੀ ਕਹਦਾ ਚੱਲ ਭੈਣੇ ਤੇਰੀ ਮਰਜ਼ੀ ਹੈ ਮੈਨੂੰ ਐਂ ਸੀ ਚੱਲ ਕਹਿੰਦੇ ਮਾੜਾ ਮੋਟਾ ਮੇਰਾ ਇਲਾਜ ਹੋ ਜਾਂਦਾ ਹੱਥ ਮੇਰਾ ਠੀਕ ਹੋ ਜਾਂਦਾ ਰੋਟੀ ਕਹਿੰਦੇ ਮੈਂ ਆਪਦੀ ਜੇ ਨਾ ਵੀ ਦਿੰਦੀ ਚੱਕ ਕੇ ਖਾ ਲੈਂਦੀ ਹੁਣ ਮੈਂ ਤਾਂ ਆਹ ਵੱਜੀ ਬੈਠੀ ਹਾਂ ਹੱਥ ਨਾਲ ਮੈਂ ਤਾਂ ਰੋਟੀ ਖਾਧੀ ਇਹਨੇ ਢਿੱਡੋ ਵੀ ਭੁੱਖੀ ਮਰਦੀ ਆ ਮੇਰਾ ਢਿੱਡ ਤੈਨੂੰ ਸੀਸਾਂ ਨੀ ਦੋ ਤਰਸੀਸਾਂ ਦੇਊ ਭੈਣੇ ਜੇ ਮੈਨੂੰ ਪੁੱਤ ਨੂੰ ਸਖਿਆ ਮੇਗਾ ਨੀ ਭੈਣੇ ਦਰਸੀਸਾਂ ਨੀ ਦਿੰਦਾ ਤੂੰ ਤਾਂ ਮੈਨੂੰ ਸੀਸਾਂ ਦੇ ਦੇਵੇਂਗੀ ਦੇਖੀ ਸਹੀ ਤੂੰ ਤਾਂ ਆਖੇਂਗੀ ਮੇਰੀ ਭੈਣੇ ਤਾਂ ਮੇਰੀ ਵਾਲ ਵੀ ਵਧੀਆ ਉਹਨੇ ਹੱਥ ਕਰਾਈ ਹੈ ਤੂੰ ਦੇਖੀ ਸੀ ਤੂੰ ਕਿਹੜਾ ਘਰੇ ਜਾ ਤੇ ਤੇਰੇ ਤਾਂ ਪੈ ਤੋ ਤੋ ਪੀਊਗੀ ਤੇਰੀ ਨੂੰਹ ਤੇ ਤੇਰੇ ਤਾਂ ਆਪਣੇ ਕਰਕੇ ਪੈਰੀਆਂ ਚਲਾਇਆ ਕਰੂਗੀ ਅੱਛਾ ਇਹੋ ਜਿਹੀ ਕੀ ਗੱਲ ਹੈ ਜਿਹੜੀ ਪੈਰੀਆਂ ਚਲਾਇਆ ਕਰੂਗੀ ਚੱਲ ਵਗ ਜਾਂਦੀਆਂ ਭੈਣੇ ਪਰ ਮੈਨੂੰ ਤਾਂ ਲੱਗਦਾ ਮੈਨੂੰ ਬਿਮਹਾਨੇ ਨਹੀਂ ਮੋੜਦੀਆਂ ਓਹੋ ਏ ਬਰਬਾ ਮਰਜ਼ੀ ਹੈ ਤੇਰੀ ਭੈਣੇ ਕੁਛ ਮਰਜ਼ੀ ਕਹੇ ਦੇ ਮੈਂ ਤਾਂ ਵੱਡੀ ਭੈਣ ਕਰਕੇ ਤੇਰੇ ਤੇ ਆਸ ਲਾਈ ਸੀ ਮੈਂ ਤਾਂ ਢਿੱਡ ਫਰੋਲ ਲੈਣੀ ਆ ਪਰ ਤੂੰ ਮੇਰਾ ਦੁੱਖ ਕਹਿੰਦੇ ਸੁਣਦੀ ਨੀ ਕਹਾਂ ਮੇਰੇ ਨੂੰ ਕੋਈ ਦੱਸਿਓ ਨੀ ਆ ਮਰਜ਼ੀ ਹੈ ਤੇਰੀ ਭੈਣੇ ਕੁਛ ਮਰਜ਼ੀ ਆਖ ਲਾ ਹੁਣ ਤਾਂ ਜੇ ਕੋਈ ਹੋਰ ਮਨ ਚ ਕੋਈ ਤੇਰੇ ਹੈਗਾ ਨਾ ਹੋਰ ਵੀ ਦੋ ਚਾਰ ਕਹਿ ਲਾ ਮੈਨੂੰ ਤਾਂ ਕੋਈ ਨੀ ਤਾਂ ਮੇਰੇ ਸਿਰ ਦਰਦੀ ਨੀ ਕਹਿ ਲਾ ਕਰਾ ਆਪੀ ਨੀ ਮੈਂ ਤੇਰੇ ਸਿਰ ਦਰਦੀ ਤੂੰ ਤਾਂ ਕਹਿਣਾ ਇਹ ਨਾ ਕਹਿ ਤਾ ਤੇਰੇ ਇਸ ਤਰ੍ਹਾਂ ਸਾਡੇ ਪੈ ਰਿਹਾ ਉਹ ਹਿੱਸਾ ਹੁਣ ਕਹਿਣਾ ਕਹਿੰਦੀ ਕਦੇ ਗੋਰੇ ਤੋਂ ਲਿਆ ਕਦੇ ਸੱਤੀ ਤੋਂ ਲਿਆ ਮੇਰਾ ਇਲਾਜ ਨਹੀਂ ਹੁੰਦਾ ਤੂੰ ਤਾਂ ਕਹਿਣਾ ਇਹ ਨਾ ਕਹਿ ਤਾ ਹੁਣ ਨਾ ਗੋਰਾ ਹਿੱਸਾ ਦੇਵੇ ਨਾ ਦੇਵੇ ਸੱਤੀ ਕਹਿ ਜਦੋਂ ਉਹਨਾਂ ਨੇ ਮੈਂ ਕੰਮ ਨਹੀਂ ਕਰਦੀ ਮੈਨੂੰ ਹਿੱਸਾ ਕਿਉਂ ਦੇਣਗੇ ਮਰਜ਼ੀ ਹੈ ਤੇਰੀ ਚੱਲ ਪਰ ਮੈਨੂੰ ਲੱਗਦਾ ਤਾਂ ਹੈ ਨੀਗਾ ਵੀ ਜਿਸ ਹਿਸਾਬ ਨਾਲ ਤੂੰ ਮੈਨੂੰ ਮੋੜਤਾ ਵੀ ਕਹਿੰਦੇ ਤੂੰ ਕਹਿੰਦੀ ਪੈਰ ਧੋਤੋ ਪੀਊਗੀ ਕਿਹਾ ਤਾਂ ਤਾਂ ਹੀ ਹੋਊਗਾ ਹੁਣ ਮੰਨਦੀ ਨੀ ਤੈਨੂੰ ਆਇਆ ਕਹਿੰਦੇ ਮੇਰੇ ਘਰੇ ਆ ਗਈ ਕਲੇਸ਼ ਪਊਗਾ ਇੱਥੇ ਇਕੱਠ ਹੋਊਗਾ ਲੋਕਾਂ ਨੂੰ ਸੱਦੂ ਰੌਲਾ ਪਾਊਗੀ ਚੱਲ ਜਿਵੇਂ ਤੂੰ ਕਹਿੰਦੀ ਉਵੇਂ ਸਹੀ ਹੈ ਪਰ ਮੇਰਾ ਮਨ ਨਹੀਂ ਮੰਨਦਾ ਕਹੀ ਤਾਂ ਤੂੰ ਬਥੇਰਾ ਕੁਛ ਜਾਣੀ ਹੈਗੀ ਚਲੋ ਦੇਖਦੇ ਹਾਂ ਕੀ ਬਣਦੀ ਹੈ ਗੱਲ ਮੇਰੇ ਨਾਲ ਜਿਵੇਂ ਬਣੀ ਉਵੇਂ ਨਿਬੜ ਜੂ ਓਹੋ ਮੈਂ ਤਾਂ ਥੱਕ ਗਈ ਦੋਨਾਂ ਘਰਾਂ ਦੇ ਫਿਰਦੀ ਦੇਖ ਲਾ ਦੋਨਾਂ ਨੇ ਗੇਟ ਨੀ ਖੋਲਿਆ ਲੱਗਦਾ ਜਿਵੇਂ ਕਿਸੇ ਪੱਕੇ ਬੰਦੇ ਨੇ ਇਹਨਾਂ ਨੂੰ ਦੱਸਤਾ ਹੁੰਦਾ ਵੀ ਗੇਟ ਨਾ ਖੋਲਿਆ ਹਰਪ੍ਰੀਤ ਆਊਗੀ ਮਸਾਈਆਂ ਦੇ ਲਗਾਈ ਹੈ ਸੀ ਆਈ ਆਂਦੀਆਂ ਸਾਰੇ ਘਰਾਂ ਤੋਂ ਦੀ ਗੇੜੇ ਖਾ ਆਈ ਲੈ ਨਾ ਮੈਂ ਤਾਂ ਮੱਝਾਂ ਨੂੰ ਨੀਰਾਈ ਪਾ ਕੇ ਆ ਗਿਆ ਉਹ ਨਾਂ ਤਾਂ ਹਰਪ੍ਰੀਤ ਆਈ ਹੈ ਉਹ ਬੇਬੇ ਪਤਾ ਨੀ ਕਿੱਧਰ ਵਗ ਗਈ ਇਹਨਾਂ ਨੂੰ ਜਮੀ ਨੀ ਹੈਗਾ ਘਰ ਦਾ ਹੈ ਐਂ ਘਰ ਸੁਣਨੇ ਛੱਡ ਕੇ ਵਗ ਜਾਂਦੀਆਂ ਨੇ ਆ ਗਈ ਆ ਗਈ ਆ ਗਿਆ ਬਹਿ ਜਾ ਉਹ ਬੇਬੇ ਕਿੱਧਰ ਗਈ ਅੰਦਰ ਭਾਗ ਗਈ ਬੇਬੇ ਅੰਦਰ ਭਾਗ ਗਈ ਹਾਂ ਉਹ ਪਹਿਲਾਂ ਤਾਂ ਮੈਨੂੰ ਐਂ ਦੱਸ ਹਾਂ ਬੇਬੇ ਦਾ ਤਾਂ ਫੇਰ ਹੀ ਪਤਾ ਕਰਾਂਗੇ ਹਾਂ ਤੂੰ ਕਿੱਧਰੋਂ ਆਈ ਹੈ ਮੈਂ ਤਾਂ ਕੰਮ ਗਈ ਸੀਗੀ ਸੌ ਕੰਮ ਹੁੰਦੇ ਹਨ ਬੁੜੀਆਂ ਨੂੰ ਅੱਛਾ ਤੂੰ ਤਾਂ ਕੰਮ ਗਈ ਸੀ ਹਾਂ ਉਹ ਤੇਰੇ ਕੰਮਾਂ ਦਾ ਮੈਨੂੰ ਪਤਾ ਹੀ ਹੈ ਤੂੰ ਕਿੱਥੇ ਗਈ ਸੀਗੀ ਅੱਛਾ ਬੇਬੇ ਨੇ ਦੱਸਤਾ ਹਾਂ ਜਦੋਂ ਮੈਂ ਖੇਤੋਂ ਆਇਆ ਸੀ ਨਾ ਬੇਬੇ ਇੱਥੇ ਬੈਠੀ ਸੀਗੀ ਤੇ ਫਿਰ ਹੁਣ ਕਿੱਥੇ ਬੇਬੇ ਬੇਬੇ ਨੇ ਮੈਨੂੰ ਸਾਰੀ ਗੱਲਬਾਤ ਦੱਸੀ ਹੈ ਉਹ ਤਾਂ ਵਿਚਾਰੀ ਕਹਿੰਦੀ ਸੀ ਮੈਨੂੰ ਭਾਈ ਤੂੰ ਦਵਾਈ ਦਵਾ ਲਿਆ ਉਹ ਮੈਂ ਆਖਿਆ ਦਵਾਈ ਤਾਂ ਬੇਬੇ ਮੈਂ ਤੈਨੂੰ ਦਵਾ ਲਿਆ ਕਿਹਦੇ ਘਰੇ ਬਣਾਂਗੇ ਆ ਕੇ ਆਪਣੇ ਨਾਲ ਕਲੇਸ਼ ਕਰੂ ਕਹਿੰਦੀ ਤਾਂ ਸੱਤੀ ਕਿਤੇ ਗੋਰੇ ਕੇ ਪੈਸੇ ਲੈਣ ਗਈ ਹੈ ਹਿੱਸਾ ਮੰਗਦੀ ਹੈ ਹੁਣ ਉਹ ਲਿਆਈ ਫਿਰ ਚੈੱਕ ਮੈਨੂੰ ਵੀ ਦੇ ਦੇ ਜਿਹੜਾ ਚੈੱਕ ਲੈ ਕੇ ਆਈ ਹੈ ਚੈੱਕ ਤਾਂ ਫੇਰ ਹੀ ਲੈ ਕੇ ਆਉਂਗੀ ਅਗਲੇ ਨੇ ਅੰਦਰ ਬਾਰਡਰ ਦਿੱਤਾ ਉਹ ਗੇਟ ਦਾ ਹੀ ਬੈਠਣਾ ਸੀ ਦੋਨੇ ਦੋ ਵਾਰੀ ਦੋ ਗੇੜੇ ਲਾ ਕੇ ਆਈ ਦੋ ਗੇੜੇ ਤਾਂ ਸੱਤੀ ਕੇ ਮਾਰ ਕੇ ਲਾਏ ਤੇ ਦੋ ਹੀ ਗੋਰੇ ਕੇ ਲਾਏ ਦੋਨਾਂ ਨੇ ਗੇਟ ਨਹੀਂ ਖੋਲੇ ਗੋਰੇ ਕਾ ਤਾਂ ਅੰਦਰ ਕੁੱਤਾ ਵੀ ਭੌਂਕੀ ਜਾਂਦਾ ਸੀ ਉਹ ਚੰਗਾ ਚੰਗਾ ਸ਼ੁਕਰ ਹੈ ਰੱਬ ਦਾ ਉਹਨਾਂ ਨੇ ਬਾਰ ਨਹੀਂ ਖੋਲਿਆ ਉਹ ਨਹੀਂ ਤੈਨੂੰ ਛਿੱਤਰੀ ਦਾਲ ਬਣਦੀ ਉਹ ਛਿੱਤਰੀ
ਗੋਲਾ ਧੰਦਾ ਆਪਣਾ ਕਰਦੀ ਹੈ ਸਾਰਾ ਦਿਨ, ਹਜੇ ਹਿੱਸੇ ਮੰਗਦੇ ਤੂੰ ਕਿਹੜੇ ਮੂੰਹ ਹਿੱਸਾ? ਜਿਹੜੇ ਮੂੰਹ ਮੰਗਦੇ ਹੁੰਦੇ ਉਸੇ ਮੂੰਹ ਹਿੱਸਾ ਮੰਗਦੀਆਂ, ਮਾਂ ਤਾਂ ਉਹਨਾਂ ਦੀ ਬਰਾਬਰ, ਉਹਨਾਂ ਕੋਲ ਕੀ ਜ਼ਮੀਨ ਨੀ ਬੇਬੇ ਦੀ? ਪਹਿਲਾਂ ਤਾਂ ਮੈਨੂੰ ਤੂੰ ਐਂ ਗੱਲ ਦੱਸ ਵੀ ਜਦੋਂ ਆਪਾਂ ਹਿੱਸਾ ਲਿਆ ਨੀ ਬੇਬੇ ਦਾ, ਆਪਣੇ ਵੀ ਰੋਟੀ ਖਾਂਦੀ ਹੈ, ਉਹ ਮਾੜੀ ਮੋਟੀ ਆਪਾਂ ਦਵਾਈ ਬੂਟੀ ਪਹਿਲਾਂ ਉਹਨੂੰ ਦਵਾ ਦਿੰਦੇ ਸੀਗੇ, ਉਹ ਹੁਣ ਫਿਰ ਮਾੜੀ ਮੋਟੀ ਦਵਾ ਦੇ? ਮਾੜੀ ਮੋਟੀ ਤਾਂ ਮੈਂ ਕਦ ਰੋਕਦੀ ਹਾਂ, ਤੂੰ ਤਾਂ ਹੁਣ ਕਹਿੰਦਾ ਕਿ ਬੇਬੇ ਨੂੰ ਮੰਡੀ ਲੈ ਕੇ ਜਾਣਾ, ਬੇਬੇ ਤਾਂ ਕਹਿੰਦੀ ਮੇਰਾ ਅਕਸਰਾ ਕਰਾ ਕੇ ਲਿਆਓ ਭਾਈ। ਉਹ ਪਹਿਲਾਂ ਮੈਂ ਬੇਬੇ ਨਾਲ ਵੀ ਸਾਰੀ ਗੱਲਬਾਤ ਕਰੀ ਸੀ, ਉਹਨੂੰ ਦੱਸਿਆ ਸੀਗਾ, ਉਹ ਮੈਨੂੰ ਤਾਂ ਇਹ ਲੱਗਦਾ ਵੀ ਤਾਈ ਆਉਂਦੀ ਹੈ ਨਾ ਆਪਣੇ ਘਰੇ, ਤਾਈ ਅੱਗ ਸਿੜਦੀ ਫਿਰਦੀ ਹੈ, ਬੇਬੇ ਕੋਲੇ ਗੱਲਾਂ ਕੁਛ ਹੋਰ ਕਰਦੀ ਹੈ, ਤਾਈ ਕੋਈ ਅੱਗ ਨੀ ਸਿੱਟ ਕੇ ਜਾਂਦੀ, ਤਾਈ ਨੇ ਤਾਂ ਮੈਨੂੰ ਸਿੱਧੀ ਮੱਤ ਦਿੱਤੀ ਹੈ, ਤਾਈ ਨੇ ਕੋਈ ਮਾੜਾ ਨੀ ਕਿਹਾ ਵਿਚਾਰੀ ਨੇ, ਤਾਈ ਤਾਂ ਮੈਨੂੰ ਇਹ ਕਹਿ ਕੇ ਗਈ ਹੈ ਵੀ ਭਾਈ ਦੋਨਾਂ ਘਰਾਂ ਦਾ ਉਹਨਾਂ ਦਾ ਹੱਕ ਬਣਦਾ, ਤੁਸੀਂ ਰੋਟੀ ਟੁੱਕ ਦਿੰਦੇ ਹੋ ਤੇ ਤੁਹਾਡੇ ਕੋਲੇ ਰਹਿੰਦੀ ਹੈ, ਲੀੜਾ ਕੱਪੜਾ ਵੀ ਦਿੰਦੇ ਹੋ, ਸਾਰਾ ਕਰਦੇ ਹੋ, ਇੰਨਾ ਕੁ ਤਾਂ ਫਿਰ ਉਹ ਕਰ ਹੀ ਸਕਦੇ। ਹਾਂ ਇਹੀ ਸਿੱਧੀ ਮੱਤ ਦਾ ਮੈਨੂੰ ਪਹਿਲੀ ਪਤਾ ਸੀ ਵੀ ਮੱਤਾਂ ਤਾਂ ਉਹ ਸਿੱਧੀਆਂ ਹੀ ਦਿੰਦੀ ਹੈ, ਉਹ ਕੀ ਇਹ ਮੱਤ ਸਿੱਧੀ? ਮੈਂ ਕਿਹੜਾ ਤੇ ਚਲੋ ਕਰ ਕੀ, ਮੈਂ ਤਾਂ ਤੈਨੂੰ ਕੱਲ ਹੀ ਦੱਸਤਾ ਸੀ ਤਾਈ ਮੈਨੂੰ ਕਹਿ ਕੇ ਗਈ। ਉਹ ਫਿਰ ਮੈਨੂੰ ਪਤਾ ਹੀ ਹੈ ਵੀ ਉਹ ਸਿੱਧੀਆਂ ਗੱਲਾਂ ਨਹੀਂ ਦੱਸਦੀ, ਉਹ ਤਾਂ ਪੁੱਠੀਆਂ ਦੱਸਦੀ ਹੈ, ਇਹ ਨਾ ਕੋਈ ਹੱਕ ਬਣਦਾ ਨਹੀਂ ਹੈਗਾ ਆਪਣਾ ਜਿਹੜੇ ਤੂੰ ਹਿੱਸੇ ਦੀਆਂ ਗੱਲਾਂ ਕਰਦੀ ਹੈ। ਤੂੰ ਮੈਨੂੰ ਇਹ ਦੱਸ ਚਾਹ ਪੀ ਲਈ ਸੀ ਤੇ ਨੀਰਾ ਪਾਤਾ ਮੱਝਾਂ ਨੂੰ? ਉਹ ਮੈਂ ਤਾਂ ਚਾਹ ਵੀ ਬਣਾ ਕੇ ਘੁੱਟ ਪੀ ਲਈ ਸੀ ਮੱਝਾਂ ਨੂੰ, ਉਹ ਖਾਦੇ ਨਾ ਬਣਾ ਕੇ ਪੀਣੀ ਸੀ ਜਿਹੜੀ ਮੈਂ ਬਣਾ ਕੇ ਗਈ ਸੀ, ਫਿਰ ਉਹ ਕਿੱਧਰ ਗਈ? ਉਹ ਮੇਰੀ ਗੱਲ ਸੁਣ ਲੈ, ਮੈਂ ਨਹੀਂ ਡਬਚਲ ਪਾਣੀ, ਨਾ ਤਾਂ ਤੂੰ ਦੁੱਧ ਪਾਉਣੀ ਹੈ, ਨਾ ਤਾਂ ਚਾਹ ਪੱਤੀ ਪਾਉਣੀ ਹੈ, ਮੈਂ ਤਾਂ ਵਧੀਆ ਹੀ ਚਾਹ ਆਪਦੀ ਆਪ ਹੀ ਬਣਾ ਕੇ ਪੀਤੀ ਸੀਗੀ। ਉਹ ਕਿੱਧਰ ਸਿੱਟਿਆ ਚਾਹ? ਕਿਤੇ ਦਾਣੇ ਦੂਣੇ ਤੇ ਨਹੀਂ ਪਾਇਆ ਚਾਹ ਕੇ? ਤੂੰ ਮੇਰੀ ਗੱਲ ਸੁਣ ਲੈ, ਛੱਡ ਪਰੇ ਤੂੰ ਇਹਨਾਂ ਚਾਹਾਂ ਨੂੰ, ਚਾਹਾਂ ਤਾਂ ਜੱਟਾਂ ਦੇ ਘਰੇ ਗਈਆਂ ਬਣਦੀਆਂ ਰਹਿੰਦੀਆਂ ਨੇ, ਉਹ ਮੈਨੂੰ ਐਂ ਤਾਂ ਦੱਸ ਤੂੰ ਵੀ ਬੇਬੇ ਇੱਥੋਂ ਬੈਠੀ ਬੈਠੀ ਬਾਗ ਕਿੱਧਰ ਗਈ? ਗੱਲਾਂ ਤਾਂ ਕਿਹੜੀਆਂ ਕਰਦਾ ਬੇਬੇ ਨੂੰ ਜਿਵੇਂ ਕੋਈ ਮੈਂ ਗੌਰ ਕੀਤਾ ਹੁੰਦਾ, ਪਹਿਲਾਂ ਤੂੰ ਸੀ ਘਰੇ, ਤੂੰ ਤਾਂ ਘਰੇ ਫਿਰਦਾ, ਮੈਂ ਬਾਹਰੋਂ ਆਈ ਹਾਂ, ਮੈਨੂੰ ਕਿਤੇ ਬੇਬੇ ਕਿੱਧਰ ਗਈ? ਮੈਂ ਤਾਂ ਮੱਝਾਂ ਦੇ ਕੇ ਆਉਂਦੀ ਆਪਦਾ, ਮੈਥੋਂ ਨੀ ਲੋਟ ਆਉਂਦੀ ਤੇਰੀ ਮਾਂ, ਹੁਣ ਇਹ ਮੱਝਾਂ ਨੂੰ ਨੀਰਾ ਪਾਉਂਦੀ ਹੈ, ਹੁਣ ਇਹ ਟਾਣਾ ਪਾਉਣ ਜਾਂਦੀ ਹੈ ਮੱਝਾਂ ਨੂੰ। ਕੋਈ ਨੀ, ਉਹ ਬੇਬੇ ਨੂੰ ਤਾਂ ਮੈਨੂੰ ਐਂ ਲੱਗਦਾ ਜਿਹੜੀਆਂ ਮੈਂ ਗੱਲਾਂ ਦੱਸਦੀਆਂ ਕਦੇ ਤਾਈ ਕੀ ਨਾ ਬਾਗੀ ਹੋਵੇ। ਚੱਲ ਕੋਈ ਨੀ, ਬੇਬੇ ਨਾਲ ਤਾਂ ਆਈ ਨਹੀਂ ਗੱਲ ਕਰਾਂਗੇ, ਜਿਹੜਾ ਕੋਈ ਗੱਲ ਕਹਿ ਜਾਂਦਾ ਕਾਹਨੂੰ ਮੰਨਦਾ ਹੁੰਦਾ, ਫਿਰ ਕਿੰਨੇ ਹੀ ਕਹੀ ਜਾ। ਬੇਬੇ ਤੂੰ ਕਿੱਧਰੋਂ ਆਈ ਹੈ? ਤੂੰ ਮਾੜਾ ਮੋਟਾ ਤਾਂ ਸੋਚਣਾ ਸੀਗਾ, ਹਰਪ੍ਰੀਤ ਤਾਂ ਘਰੇ ਨੀ ਸੀਗੀ, ਉਹ ਮੈਂ ਮੱਝਾਂ ਨੂੰ ਨੀਰਾ ਪਾਉਂਦਾ ਸੀਗਾ, ਤੂੰ ਘਰ ਇੱਥੋਂ ਸੁਣਨਾ ਹੀ ਛੱਡ ਗਈ ਬਗੈਰ ਦੱਸੇ ਤੋਂ, ਬਾਕੀ ਗਈ ਕਿੱਧਰ ਸੀ ਤੂੰ? ਬੇਬੇ ਮੈਂ ਤਾਂ ਜਾਣਾ ਹੀ ਗਈ ਸੀ, ਕੋਈ ਨਾ ਤੇਰੇ ਤਾਈ ਤੇ ਗਈ ਸੀ, ਉਹ ਗਈ ਸੀ, ਆ ਗਈ ਹਰਪ੍ਰੀਤ? ਉਹ ਬੇਬੇ ਉਹ ਤਾਂ ਆ ਗਈ, ਉਹ ਤਾਂ ਨਾ ਸੱਤੀ ਕੇ ਗਈ ਸੀ ਨਾਲੇ ਗੋਰੇ ਕੇ, ਉਹ ਤਾਂ ਚੰਗੀਆਂ ਸੀਗੀਆਂ, ਉਹਨਾਂ ਨੇ ਬਾਰ ਨੀ ਖੋਲਿਆ, ਦੇਖ ਲੈ ਇਹ ਤਾਂ ਲੜਾਈ ਮੁੱਲ ਲੈਂਦੀ ਫਿਰਦੀ ਹੈ, ਲੜਾਈ ਮੁੱਲ ਹੁਣ ਦੱਸ ਕੀ ਕਰੀਏ? ਚੰਗਾ ਰਹਿ ਗਿਆ ਭਾਈ ਜਿਹੜਾ ਬਾਰ ਨੀ ਖੋਲਿਆ, ਨਹੀਂ ਇਹ ਬੋਲਦੀ ਉਹ ਤੇ ਛਿੱਤਰ ਖਾ ਕੇ ਆਉਂਦੀ, ਇਹਦੇ ਮਗਰ ਪੈਂਦੀਆਂ, ਵਧੀਆ ਹੋ ਗਿਆ ਜੇ ਨਹੀਂ ਬਾਰ ਖੋਲਿਆ। ਨਾ ਬੇਬੇ ਮੈਂ ਜੇ ਤੇਰੇ ਕੋਲੇ ਗੱਲ ਦੱਸਤੀ, ਤੇਰੇ ਮਾੜੀ ਮੋਟੀ ਕਿਤੇ ਰੋਟੀ ਵੀ ਪਚਾਉਣੀ ਆ, ਗੱਲ ਪਚਾ ਲੈਂਦੀ, ਤੇ ਤੂੰ ਤੁਰੀ ਗਈ ਮੇਰੀ ਤਾਈ ਕੇ ਬਾਗੀ, ਕਿਤੇ ਤੂੰ ਤਾਂ ਨੀ ਲੜਾਈ ਕਰੀ ਮੇਰੀ ਤਾਈ ਨਾਲ? ਮੈਂ ਨਹੀਂ ਭਾਈ ਲੜਾਈ ਤਾਂ ਕਾਹਨੂੰ ਕਰਕੇ ਆ, ਮੈਂ ਤਾਂ ਪੁੱਛ ਕੇ ਆ, ਤਾਂ ਮੈਨੂੰ ਕਹਿਤਾ ਫਿਰ ਮੈਂ ਇੱਥੋਂ ਤਾਂ ਕਹਿੰਦੇ ਉਹ ਗੱਲ ਜੀ ਸਹੀ ਨੀ ਗਈ, ਮੈਂ ਆਖਿਆ ਚੱਲ ਮੁੰਡਾ ਤਾਂ ਸੰਨੀ ਪਾਉਣਾ, ਮੈਂ ਬੋਚ ਕੇ ਲੰਘੀ, ਮੈਂ ਪਤਾ ਲਿਆ ਨਾ। ਨਾ ਮੇਰੀ ਤਾਈ ਨੂੰ ਚੱਕ ਸਿੱਧੀ ਦੱਸਤਾ ਤੂੰ? ਨਾ ਨਾ ਸਿੱਧਾ ਤਾਂ ਕਾਹਨੂੰ ਦੱਸਿਆਗਾ ਭਾਈ, ਫਿਰ ਮੈਂ ਉਹਨੂੰ ਐਂ ਆਖਿਆ, ਮੈਂ ਕੱਲ ਤੂੰ ਮੇਰੇ ਕੋਲ ਆਈ ਸੀ, ਮੇਰੇ ਕੋਲ ਤਾਂ ਗੱਲਾਂ ਮੇਰੀਆਂ ਮਾਰਦੀ ਸੀ, ਮੇਰੇ ਕੋਲ ਬਹਿ ਕੇ ਤਾਂ ਮੇਰੀ ਬਣ ਗਈ, ਗਾਹ ਮੇਰੇ ਨੂੰਹ ਕੋਲ ਵਗ ਗਈ, ਉਹਦੇ ਮੈਨੂੰ ਕੰਮ ਆ, ਸਾਡੇ ਰਿਸ਼ਤੇਦਾਰ ਆਏ ਆ, ਵੀ ਉਹਦੇ ਤਾਂ ਕੀ ਕੰਮ ਸੀ, ਤੂੰ ਕਹਿੰਦਾ ਉਹਦੇ ਕੋਲ ਜਾ ਕੇ ਮੇਰੀਆਂ ਚੁਗਲੀਆਂ ਕਰੇ। ਬੇਬੇ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਕਹਿ ਸੋ ਮੇਰੇ ਕੋਲ ਦੱਸ ਤਾਈ, ਹੋਰ ਦੱਸ ਕਿਵੇਂ ਦੱਸੇਗੀ, ਮੇਰੀ ਤਾਈ ਤੇਰੇ ਨਾਲ ਲੜੀ ਤਾਂ ਨਹੀਂ? ਨਾ ਨਾ ਲੜੀ ਤਾਂ ਨਹੀਂ ਹੈਗੀ ਭਾਈ, ਕਹਿੰਦੇ ਉਹ ਤਾਂ ਕਹਿੰਦੀ ਤੂੰ ਚੱਲ, ਕਹਿੰਦੀ ਇੱਥੇ ਮੈਂ ਆਉਣੀ ਆ, ਕਹਿੰਦੀ ਇੱਥੇ ਤੇਰੀ ਨੂੰਹ ਤਾਂ ਕਹਿੰਦੀ ਵੱਡੀ ਕੋਈ ਸੇਵਾ ਕਰੂ, ਤੇਰੇ ਪੈਰ ਧੋ ਧੋ ਪੀਊਗੀ ਆਦੀ। ਉਹ ਦੇਖ ਲੈ ਬੇਬੇ ਤੂੰ ਤਾਂ ਕੋਈ ਕੱਚ ਨਹੀਂ ਛੱਡੀ ਸੀ ਲੜਾਈ ਦੀ, ਉਹ ਮੇਰੀ ਤਾਈ ਤਾਂ ਫਿਰ ਵੀ ਸਿਆਣੀ ਹੈ, ਚੱਲ ਕਿਵੇਂ ਉਹਨੇ ਗੱਲਾਂ ਬਾਤਾਂ ਨੇ ਤੈਨੂੰ ਟਾਲਣਾ ਸੀ, ਕਿਹੜੀ ਤੇਰੀ ਉਹ ਕਰਾਊਗੀ ਸੇਵਾ,
ਸੇਵਾ ਸੁਭਾ ਤੇਰੀ ਉਹ ਕੋਈ ਨਹੀਂ ਕਰਾਉਂਦੀ, ਫਿਰ ਵੀ ਮੈਂ ਤੈਨੂੰ ਚੰਗੀ ਮੰਨਦਾ। ਉਹਦਾ ਤੇਰੇ ਨਾਲ ਚਲਾਕੀਆਂ ਕਰਦੀ ਹੈ, ਉਹਨੂੰ ਐਂ ਸੀ ਵੀ ਇੱਥੇ ਝੱਜੂ ਪਾਊਗੀ, ਇਹ ਲੜੂਗੀ ਜੇ ਮੈਂ ਬੋਲੀ। ਉਹ ਹੁਸ਼ਿਆਰ ਵਾਲੀ ਆ ਉਹ, ਮੇਰੀ ਨੂੰਹ ਨੂੰ ਪਤਾ ਲੱਗੂਗਾ ਮੈਂ ਮੇਰੇ ਪੁੱਤ ਨੂੰ, ਉਹਦਾ ਤੈਨੂੰ ਟਾਲਾ ਮਾਰ ਕੇ ਉਹਨੇ ਮੋੜਿਆ ਗਾ। ਗੱਲ ਵੀ ਸਹੀ ਹੈ ਭਾਈ, ਟੈਨਸ਼ਨ ਮੈਨੂੰ ਵੀ ਆਉਂਦੀ ਨੂੰ ਹੋਈ। ਮੈਂ ਆਖਿਆ ਮੈਂ ਸੋਚਦੀ ਜੀ ਆਵਾਂ ਵੀ ਮੈਂ ਇੰਨਾ ਕੁਛ ਇਹਨੂੰ ਬੋਲਤਾ ਵੀ ਤੂੰ ਐਂ ਕਿਹਾ ਵੀ ਮੈਨੂੰ ਇਹਨੇ ਮੋੜ ਕੇ ਮੋੜ ਦਿੱਤਾ ਨੇ, ਕਹਿੰਦੀ ਹਜੇ ਹੋਰ ਕਹਿ ਲੈ ਜਿਹੜਾ ਕੁਛ ਕਹਿਣੇ। ਉਹ ਬੇਬੇ ਕਹਿਣੀ ਸੀਗਾ, ਉਹਨੂੰ ਪਤਾ ਸੀਗਾ ਵੀ ਮੈਂ ਕਰਦੀ ਹਾਂ ਦੋਨਾਂ ਦੀ ਨਿੰਦਿਆ ਚੁਗਲੀ। ਉਹ ਨਾਲੇ ਇਹਨਾਂ ਨੂੰ ਕਿੱਥੇ ਗੁੱਸਾ ਆਉਂਦਾ ਹੁੰਦਾ ਹੈ ਜਿਹੜਾ ਬੰਦਾ ਨਿੰਦਿਆ ਚੁਗਲੀ ਕਰਦਾ ਹੁੰਦਾ। ਗੱਲ ਸਹੀ ਹੈ, ਫਿਰ ਜੇ ਐਂ ਗੁੱਸਾ ਮੰਨਣ ਤਾਂ ਫਿਰ ਇੰਨੀਆਂ ਗੱਲਾਂ ਹੀ ਨਾ ਕਰਨ ਇਹ। ਗੱਲ ਸਹੀ ਭਾਈ, ਇਹ ਤਾਂ ਗੁੱਸਾ ਕਰ ਰੋਏ ਤਾਂ ਮਰ ਜਾਣ ਕਹਿੰਦੇ। ਹਾਂ ਗੱਲ ਸਹੀ ਹੈ, ਉਹ ਤੇਰੀ ਸੇਵਾ ਕਿਹੜੀ ਕਰਾਊ, ਸੇਵਾ ਦਾ ਬੇਬੇ ਦੇਖ ਲੈ ਤੂੰ ਕਰਾਉਣੀ ਹੈ। ਜੇ ਤੂੰ ਨਿਮਰਤਾ ਰੱਖੇਗੀ ਤਾਂ ਤੇਰੀ ਆਪੇ ਸੇਵਾ ਕਰੂਗੀ। ਹੋਰ ਫਿਰ ਹੁਣ ਦੱਸ ਕੀ ਕਰੀਏ, ਜਿਹੜੀਆਂ ਉਹ ਗੱਲਾਂ ਕਰਦੀ ਫਿਰਦੀ ਹੈ। ਮੈਂ ਉਹਦੇ ਨਾਲ ਪਹਿਲਾਂ ਵੀ ਆਈ ਨਾ ਲੜਿਆ ਵੀ ਹੁਣ ਤਾਂ ਤੂੰ ਲਿਆ ਹੀ ਚੱਕ ਬਈ। ਸੇਵਾ ਦਾ ਤਾਂ ਭਾਈ ਕੋਈ ਨੀ ਆਪਾਂ ਨੂੰ, ਮੈਨੂੰ ਤਾਂ ਇਹ ਵੀ ਚੱਲ ਕੋਈ ਨਾ ਜਿੰਨਾ ਕੰਮ ਇੱਥੇ ਹੁੰਦਾ ਮੈਂ ਕਰੀ ਜਾਂਦੀ ਗੱਲ ਕਰੇ। ਹੁਣ ਹੱਥ ਮੈਨੂੰ ਇਹ ਹੁੰਦਾ ਵੀ ਇਹਨੂੰ ਕਹਿੰਦਾ ਕੌਣ ਹੈ ਵੀ ਜਿਹੜਾ ਉਹਨਾਂ ਤੋਂ ਗੋਰੇ ਤੇ ਸੱਤੀ ਦਾ ਹਿੱਸਾ ਲੈ ਵੀ ਉਹਨਾਂ ਦੇ ਘਰੇ ਜਾਂਦੇ, ਮੈਨੂੰ ਉਹ ਗੱਲਾਂ ਦਾ ਹਰ ਖਾਣਾ ਤਾਂ ਗਈ ਸੀ। ਮੈਂ ਤਾਂ ਕਿਹਨੇ ਕਹਿਣਾ ਸੀਗਾ, ਤੁਹਾਡੇ ਤਾਂ ਗੱਲ ਪਚਦੀ ਨਹੀਂ, ਉਹ ਤਾਂ ਮੇਰੀ ਤਾਈ ਹੈ। ਨਾਲੇ ਜੇ ਮੇਰੀ ਤਾਈ ਨਾ ਹੋਈ ਕੋਈ ਹੋਰ ਸ਼ਰੀਕ, ਉਹ ਕੌਣ ਕਿਸੇ ਤੇ ਕਿਸੇ ਨੂੰ ਚੰਗਾ ਸਮਝਦਾ ਹੈ। ਗੱਲ ਅਗਲਾ ਕਹਿੰਦਾ ਚੰਗੇ ਭਲੇ ਅੱਡ ਹੋ ਗਏ, ਰਿਲ ਲੈ ਕੋਈ ਹਿੱਸਾ ਨਹੀਂ ਰੱਖਿਆ, ਨਾ ਹੀ ਲੜਾਈ ਨਹੀਂ ਕਰਦੇ। ਲੋਕ ਤਾਂ ਲੜਾਈ ਕਰਾਉਣਾ ਚਾਹੁੰਦੇ ਆਪਣੇ ਘਰੇ। ਗੱਲ ਸਹੀ ਹੈ ਭਾਈ, ਗੱਲ ਸਹੀ ਹੈ। ਚੱਲ ਕੋਈ ਨਾ ਭਾਈ, ਹੁਣ ਕਹਿੰਦੇ ਹਰਪ੍ਰੀਤ ਮੇਰੇ ਨਾਲ ਬੋਲੂਗੀ, ਫਿਰ ਤੂੰ ਕਹਿੰਦੇ ਰਸਤਾ ਹੋਵੇ ਤੇਰਾ ਤਾਈ ਕੇ ਘਰੇ ਗਈ ਹੈ ਕਿ ਨਹੀਂ ਬੋਲਦੀ। ਬੇਬੇ ਜੇ ਤੈਨੂੰ ਪਤਾ ਹੀ ਹੈ ਵੀ ਉਹ ਸਿੰਘ ਮਿੱਟੀ ਚੱਕੀ ਫਿਰਦੀ ਹੈ, ਤੁਸੀਂ ਤਾਂ ਦੋਨੀ ਲੜਾਈ ਮੁੱਲ ਲੈਂਦੇ ਹੋ। ਤੁਸੀਂ ਹੁਣ ਮੇਰੀ ਤਾਈ ਕੇ ਘਰੇ ਲੜਨ ਗਈ ਸੀ, ਉਹ ਮੇਰੇ ਭਾਈਆਂ ਨਾਲ ਲੜਨ ਗਈ ਸੀ, ਤੂੰ ਚੁੱਪ ਕਰਕੇ ਨਾਲ ਨਿਰਵਾਹ ਕਰ ਲੈ। ਚੱਲ ਚੰਗਾ ਭਾਈ, ਫਿਰ ਹੋਰ ਕੀ ਹੈ, ਜਾ ਬਗ ਜਾ ਵੀ ਚਾਹ ਪਾਣੀ ਪੀ ਲੈ। ਕੋਈ ਨਾ ਕੋਈ ਨਾ ਭਾਈ, ਇਹ ਤਾਂ ਸੱਸ ਨੂੰ ਹਾਂ ਦੋਨੇ ਇੱਕੋ ਜੀਆਂ ਹੋ ਗਈਆਂ, ਹੁਣ ਲੜਾਈ ਮੁੱਲ ਲੈਂਦੀਆਂ ਫਿਰਦੀਆਂ, ਪਤਾ ਨਹੀਂ ਕਿਹਦੇ ਨਾਲ ਕਿਸੇ ਨਾਲ ਲੜਾ ਕੇ ਮਾਰਨਗੀਆਂ ਇਹ। ਲੈ ਆ ਪੱਤੇ ਜੇ ਇਕੱਠੇ ਕਰਦੇ ਆ, ਟੋਕਾ ਕਰਿਆ ਸੀ ਇਹੀ ਛੱਡਤਾ, ਇਹ ਨੀ ਵੀ ਇਹਨੂੰ ਤਾਂ ਉਹ ਕਰ ਜਾ, ਮਾੜੀ ਜਿਹੀ ਹੱਥ ਲਾ ਦੇ ਬੰਕਰ ਮਾਰ ਦੇ, ਬੰਕਰ ਵੀ ਨੀ ਵੱਡੀ ਹੈਗੀ ਉਰੇ। ਲੈ ਸੁੰਬਰ ਲੈ ਭਾਈ, ਹਾਂ ਸਤਰੀ ਤੋਂ, ਹਾਂ ਤਾਈ ਅਸਾਂ ਡੱਕੇ ਜੇ ਇਕੱਠੇ ਕਰਦੀ ਸੀ ਮਾਂ ਹਰੇ ਜੇ ਵਾਲੇ। ਹੋਰ ਭਾਈ ਚੱਲ ਬੁਰੇ ਲੱਗਦੇ ਨੇ। ਹੋਰ ਮੈਸਾਂ ਨੂੰ ਮੈਂ ਨੀਰਾ ਉਹ ਤਾਂ ਪਾ ਗਿਆ ਸੀ ਉਹ, ਚੱਲ ਮੈਂ ਦੇਖ ਕੇ ਗਈ ਆ, ਫਿਰ ਵੀ ਆਟਾ ਉਟਾ ਪਾ ਕੇ ਗਈ ਆ, ਮਾੜਾ ਮੋਟਾ ਤਾਈ ਕਰਨਾ ਪੈਂਦਾ ਮਾਂਗਰ ਬੰਦੇ ਕਿਹੜਾ ਪਾਉਂਦੇ ਹੁੰਦੇ ਨੀਰਾ। ਹੋਰ ਭਾਈ ਨਾਲੇ ਬੰਦੇ ਤਾਂ ਕਿਹੜਾ ਪਾਉਂਦੇ, ਬੁੜੀਆਂ ਸ਼ਾਮ ਦੀਆਂ ਭਾਈ ਪਸਲਾਂ ਤਾਂ ਵੱਧ। ਤੂੰ ਇੱਧਰੋਂ ਆਈ ਹੈ ਕਿ ਉੱਧਰੋਂ ਆਈ ਹੈ, ਮੇਰੀ ਬੇਬੇ ਹੈਗੀ ਹੈ ਕਿਤੇ, ਮਿਲੀ ਹੈ ਤੈਨੂੰ? ਹਾਂ ਹਾਂ ਭਾਈ ਸਾਡੇ ਘਰੇ ਜਾ ਕੇ ਆਈ ਹੈ ਤੇਰੀ ਬੇਬੇ ਤਾਂ ਹੁਣੀ। ਅੱਛਾ ਤੁਹਾਡੇ ਘਰੇ ਜਾ ਕੇ ਘਰੇ ਵਗ ਗਈ ਤੇ ਉਹਨੂੰ ਮਗਰੋਂ ਫਿਰ ਉਹ ਤਾਂ ਜਿਸ ਘਰੇ ਆ ਗਈ ਹੂੰ, ਮੈਨੂੰ ਲੱਗਦਾ ਉਧਰਲੇ ਬਾਹਰ, ਫਿਰ ਮੈਂ ਤਾਂ ਇਧਰਲੇ ਬਾਹਰ ਹੀ ਆ ਗਈ ਤੇ ਤੂੰ ਮੈਨੂੰ ਸੁਣ ਜਾ ਗਈ। ਮੈਂ ਕਿਹਾ ਇੱਧਰ ਪਸਵਾਂ ਜਾ ਚ ਬੋਲੀ ਜਾਂਦੀ ਆ, ਤੇ ਮੈਂ ਆਖਾ ਮੈਂ ਤਾਂ ਇੱਧਰ ਹੀ ਜਾ ਕੇ ਆਵਾਂ ਹਰਪ੍ਰੀਤ ਕੋਲੇ, ਤੇ ਸਾਡੇ ਘਰੇ ਗਈ ਕਹਿੰਦੀ ਹਰਪ੍ਰੀਤ ਇਸੇ ਭਾਲਦੀ ਆ ਕਿ ਦੂਜੇ ਮੁੰਡਿਆਂ ਤੋਂ ਵੀ ਤੇਰਾ ਇਲਾਜ ਕਰਾਈਏ। ਤਾਈ ਤੁਸੀਂ ਤਾਂ ਮੈਨੂੰ ਕਹਿ ਕੇ ਗਈ ਸੀ ਵੀ ਦੋਨਾਂ ਘਰਾਂ ਨੂੰ ਕਹਿ ਕੇ ਆਈ ਪਈ, ਹਿੱਸੇ ਨੂੰ ਮੈਂ ਤਾਂ ਹੁਣ ਜਾਣੀ ਸੀ ਕੀ ਮੇਰਾ ਜਾਣ, ਮੈਂ ਬਾਗੀ ਦੋਨੇ ਘਰ ਗੇਟ ਲਾਈ ਬੈਠੇ ਸੀ, ਗੇਟ ਹੀ ਨਹੀਂ ਖੋਲੇ। ਚੰਗਾ ਪੁੱਤ ਤੇਰੀ ਰੱਬ ਨੇ ਵਧੀਆ ਰੱਖਤੀ, ਦੋਨੇ ਗੇਟ ਖੁੱਲੇ ਨਹੀਂ ਸੀ, ਜੇ ਤੂੰ ਵਗ ਜਾਂਦੀ ਉਹਨਾਂ ਨੂੰ ਆਖ ਆਉਂਦੀ ਵੀ ਹਿੱਸੇ ਦਿਓ, ਉਹ ਤਾਂ ਪੁੱਤ ਭੱਜ ਕੇ ਤੇਰੀ ਹਿੱਸੇ ਕਿਹੜੇ ਤੇਰੀ ਬੇਬੇ ਨੂੰ ਆਪਦੇ ਘਰੇ ਲੈ ਜਾਂਦੇ। ਲੈ ਫਿਰ ਲੈ ਜਾਂਦੇ, ਏਦੂ ਚੰਗਾ ਕੀ ਸੀ, ਉਹ ਤਾਂ ਡਿੱਗੀ ਬੈਠੀ ਆ, ਉਹ ਤਾਂ ਹੁਣ ਕਹਿੰਦੀ ਨਾ ਮੈਂ ਤਾਂ ਮੇਰਾ ਅਕਸਰਾ ਕਰਾ ਕੇ ਲਿਆਓ, ਮੈਂ ਮੈਨੂੰ ਮਾਨਸਾ ਲੈ ਕੇ ਚਲੋ ਦਵਾਈ ਦਵਾ ਕੇ ਲਿਆਓ, ਫਿਰ ਤੂੰ ਉਹਨਾਂ ਨੂੰ ਕਹਿ ਦੇ ਭਾਈ ਲੈ ਜਾਣ। ਕਾਹਨੂੰ ਲੈ ਜਾਣ ਪੁੱਤ, ਤੈਨੂੰ ਮੈਂ ਦੱਸ ਦਿਆਂ ਗੱਲ, ਮੈਨੂੰ ਵੀ ਹੁਣ ਪਤਾ ਲੱਗਿਆ ਕਿ ਤੇਰੀ ਬੇਬੇ ਮੈਨੂੰ ਸਾਰਾ ਕੁਝ ਦੱਸ ਕੇ ਆਈ ਹੈ, ਉਹਦੇ ਕੋਲ ਤਾਂ ਸਿਆਉਣਾ ਬੜਾ ਹੀ ਹੈ, 12 ਪਤਾ ਨਹੀਂ 11 ਮੋਹਰਾਂ ਨੇ ਉਹ ਕਿਹੜੀਆਂ ਪਹਿਲਾਂ ਹੁੰਦੀਆਂ ਬੁੜੀਆਂ ਕੋਲੇ। ਉਹ ਤਾਈ ਉਹਦੇ ਕੋਲੇ ਕਿਹੜੀਆਂ ਮੋਹਰਾਂ, ਉਹਦੇ ਕੋਲੇ ਤਾਂ ਕੰਨਾਂ ਵਾਲੀਆਂ ਮੁਰਕੀਆਂ ਨਹੀਂ ਹੈਗੀਆਂ, ਕਿੱਥੇ ਉਹਦੇ ਕੋਲੇ ਸਿਆਉਣਾ, ਜੇ ਸਿਆਉਣਾ ਉਹ ਪਾਵੇ ਨਾ। ਹੈਗਾ ਪੁੱਤ ਕਿਹੜਾ ਸੰਦੂਕ ਹੈ, ਜਿੰਦਾ ਨਹੀਂ ਜਿੰਦਾ ਨਹੀਂ ਖੋਲਦੀ, ਸੰਦੂਕ ਨੂੰ ਦੇਖ ਕੀ ਸੋਹਣਾ ਸੰਦੂਕ ਹੈ, ਪਹਿਲਾਂ ਵਾਲਾ ਬੁੜੀਆਂ ਕੋਲੇ ਹੁੰਦਾ ਹੈਗਾ, ਤਾਂ ਹੀ ਨਹੀਂ ਜਿੰਦਾ ਖੋਲਦੀ, ਉਹਦੇ ਕੋਲ ਤਾਂ ਬਲਾਈ ਸਿਆਉਣਾ ਹੈਗਾ, ਦੇਖੀ ਕਿਤੇ ਕਾਂਬਲੀ ਹੋ ਜਾਏ, ਤੂੰ ਕਹਿ ਜੇ ਵੀ ਉਹਨਾਂ ਕੰਨੀ ਵਗ ਜਾ, ਤੇਰੇ ਪੱਲੇ ਕੁਛ ਨਹੀਂ ਆਉਣਾ।
ਨਾ ਫਿਰ ਹੁਣ ਮੈਂ ਕੀ ਕਰਾਂ ਜੇ ਸੇਵਾ ਲਈ ਬੈਠੀ ਹੈ ਤੇ ਤੰਨਾਂ ਨੂੰ ਵੰਡ ਕੀ ਦੇਊਗੀ ਮੈਨੂੰ ਕਿਹੜਾ ਕੱਲੀ ਨੂੰ ਦੇ ਦੂਗੀ ਐਵੇਂ ਵੰਡ ਕੇ ਦੇ ਉਹ ਤਾਂ ਕਹਿੰਦੀ ਜੇ ਮੇਰਾ ਹੁਣ ਹਰਪ੍ਰੀਤ ਨੇ ਇਲਾਜ ਕਰਾਇਆ ਨਾ ਮੈਂ ਤਾਂ ਕਹਿੰਦੀ ਹਰਪ੍ਰੀਤ ਨੂੰ ਦੇ ਦੂੰਗੀ ਜੇ ਭਾਈ ਆਦੀ ਮੈਨੂੰ ਇੱਧਰ ਭੇਜਤਾ ਫਿਰ ਕਹਿੰਦੀ ਭਾਈ ਮੈਂ ਇਹ ਮੁੰਡਿਆਂ ਨੂੰ ਦੇ ਦੂੰਗੀ ਨਾ ਤੇਰੇ ਕੋਲ ਆਪ ਕਹਿ ਕੇ ਮੇਰੇ ਕੋਲ ਤਾਂ ਆਪ ਕਹਿ ਕੇ ਆਈ ਆ ਦੱਸ ਕੇ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਸੇ ਕੋਲ ਤਾਂ ਇੰਨਾ ਕੁਛ ਹੈਗਾ ਗਾ ਤਾਂ ਪਹਿਲਾਂ ਤਾਂ ਕਦੇ ਨਾ ਤਾਂ ਮੇਰੀ ਬੇਬੇ ਨੇ ਗੱਲ ਕਰੀ ਵੀ ਮੇਰੇ ਕੋਲੇ ਕੋਈ ਸਿਆਣਾ ਨਾ ਕਦੇ ਤੈਅ ਕਰੀਏ ਤੇ ਤੇਰੇ ਕੋਲੇ ਹੁਣ ਕਿਵੇਂ ਦੱਸਿਆ ਜੀ ਮੇਰੀ ਬੇਬੇ ਨਹੀਂ ਪੁੱਤ ਕੋਈ ਹੋਈ ਤਾਂ ਨਹੀਂ ਤੂੰ ਚਾਲਾਂ ਚੱਲੀ ਜਾਂਦੀ ਨਹੀਂ ਪੁੱਤ ਚਾਲਾਂ ਕਰਦੀਆਂ ਅਗਲੀਆਂ ਬੁੜੀਆਂ ਦੇ ਬਾਹਲੇ ਵੱਡੇ ਹਾਜਮੇ ਨੇ ਨਾ ਤਾਂ ਕਰਨ ਚੀਜ਼ ਦਾ ਦਿਖਾਵਾ ਤੇ ਨਾ ਸਿਆਉਣੇ ਦਾ ਦੱਸਣ ਵੀ ਮੇਰੇ ਕੋਲੇ ਇੰਨੀ ਚੀਜ਼ ਹੈਗੀ ਨਾ ਫਿਰ ਹੁਣ ਮੈਂ ਹੁਣ ਦੱਸ ਕੀ ਕਰਾਂ ਨਾ ਫਿਰ ਅਸੀਂ ਹੁਣ ਮੇਰੀ ਬੇਬੇ ਦਾ ਇਲਾਜ ਕਰਵਾ ਤੇਰੀ ਬੇਬੇ ਦਾ ਇਲਾਜ ਕਰਾ ਭਾਈ ਉਹਨੂੰ ਦਵਾਈ ਬੂਟੀ ਦਵਾ ਜੇ ਕੋਈ ਮਾੜੀ ਮੋਟੀ ਕੋਈ ਜਾਂ ਉਹਦੇ ਪਲਾਸਟਰ ਜਾਂ ਕੋਈ ਹੱਡੀ ਕਰਾਂ ਕਹਿ ਉਹਨੂੰ ਦਵਾਈ ਦਵਾ ਕੇ ਲਿਆਓ ਉਹਨੂੰ ਵਧੀਆ ਸਾਂਭੋ ਬਰਿਆਤ ਰਿਆ ਕੇ ਸਾਰਾ ਸਮਾਨ ਲੈ ਲਾ ਤੇਰੇ ਵਧੀਆ ਕੰਮ ਆਊਗਾ ਤਾਈ ਜੇ ਮੁਕਰ ਕੇ ਖੜ ਗਈ ਉਹ ਮੌਕੇ ਤੇ ਕਹਿੰਦਾ ਭਾਈ ਮੇਰੇ ਉਹ ਵੀ ਦੋ ਪੁੱਤ ਨੇ ਮੈਂ ਉਹਨਾਂ ਨੂੰ ਵੀ ਦੇਊਂਗੀ ਉਹਨਾਂ ਕੋਲੇ ਤੂੰ ਤਾਂ ਸਭ ਕੁਛ ਹੈ ਉਹਨਾਂ ਨੂੰ ਤੂੰ ਪੁੱਤ ਦੇਣ ਦਾ ਮੌਕਾ ਹੀ ਨਾ ਦੇ ਤੂੰ ਆਪਦੇ ਕੰਨੀ ਬੁੜੀ ਨੂੰ ਲਾਹੋ ਕਰ ਲਾ ਮਗਰ ਲਾ ਲਾ ਬਰਿਆਤ ਰਿਆ ਕੇ ਤੂੰ ਸਾਰਾ ਕੁਛ ਬੁੜੀ ਤੋਂ ਲੈ ਲਾ ਤੂੰ ਉਹਨਾਂ ਤੱਕ ਤਾਂ ਜਾਣਦੀ ਤੂੰ ਇਹਨਾਂ ਨੂੰ ਖੇਚਲੇ ਹੀ ਨਾ ਕਰ ਬੁੜੀ ਨੂੰ ਹਾਂ ਤਾਈ ਇਹ ਤਾਂ ਤੇਰੀ ਗੱਲ ਸਹੀ ਹੈ ਜੇ ਮੈਂ ਮੇਰੀ ਬੇਬੇ ਦਾ ਕਰਾਂ ਤਾਂ ਮੇਰੀ ਬੇਬੇ ਮੈਨੂੰ ਸਾਰਾ ਕੁਛ ਦੇ ਦੇ ਹਾਂ ਕਿ ਤੂੰ ਉਹਦਾ ਪੁੱਤ ਮੋਹ ਕਰੇਂਗੀ ਵਧੀਆ ਉਹਨੂੰ ਸਾਂਭੇ ਕਰੇਂਗੀ ਤੱਤਾ ਠੰਡਾ ਦੇਵੇਂਗੀ ਨਵਾਵੇਂ ਧਵਾਵੇਂਗੀ ਕਾਂਬੜੀਏ ਤੇ ਰਾਤੀ ਮੋਹ ਕਰੂਗੀ ਉਹ ਤਾਂ ਨਾਲੇ ਨਾ ਉਹਨੂੰ ਏਡੀ ਕਿੱਡੀ ਕੁ ਬੁੜੀ ਆ ਉਹ ਨਾ ਤਾਂ ਉਹ ਆਪੀ ਲੈਂਦੀ ਆ ਪਹਿਲਾਂ ਤਾਂ ਉਹ ਸਾਰਾ ਕੰਮ ਵੀ ਕਰਾਉਂਦੀ ਸੀ ਹਾਂ ਬਸ ਪਰ ਉਹਨਾਂ ਸੈੱਟ ਕਰਕੇ ਦੇਖ ਕੇ ਬੱਜੀ ਆ ਮਾੜੀ ਜੀ ਕੋਈ ਨਾ ਪਤਾ ਪੰਜ ਚਾਰ ਦਿਨਾਂ ਚ ਠੀਕ ਹੋ ਜੂਗੀ ਕਿੰਨੀ ਕੁ ਗੱਲ ਹੈ ਨਾਲੇ ਕੰਮ ਕਰਾਇਆ ਕਰੂਗੀ ਤੈਨੂੰ ਬੜੇ ਸੁੱਖ ਦੇ ਤੇ ਨਾਲੇ ਤੈਨੂੰ ਸਾਰਾ ਵਧੀਆ ਸਾਂ ਸਪਾ ਤੈਨੂੰ ਦੇ ਦੂਗੀ ਅਗਲੀਆਂ ਮੋਹਰਾਂ ਨੇ ਕਿਹੜੀਆਂ ਕਿੰਨੀਆਂ ਭਾਰੀ ਹੁੰਦੀਆਂ ਸੀ ਦੇਖ ਚੱਲ ਤਾਈ ਮੈਂ ਮੇਰੀ ਬੇਬੇ ਨੂੰ ਪੁੱਛ ਕੇ ਦੇਖਦੀ ਆ ਫਿਰ ਵੀ ਬੇਬੇ ਤੇਰੇ ਕੋਲੇ ਸਿਆਣਾ ਹੈਗਾ ਮੋਹਰਾਂ ਹੈਗੀਆਂ ਹਾਂ ਪੁੱਛ ਲੈ ਪੁੱਤ ਜਮਾ ਪੁੱਛ ਲੈ ਜਮਾ ਹੈਗੀਆਂ ਨਾ ਮੈਨੂੰ ਦੱਸ ਕੇ ਆਈ ਆਪ ਤੂੰ ਐਂ ਨਾ ਕਹੀ ਵੀ ਤਾਈ ਆ ਕੇ ਗਈ ਫਿਰ ਤਾਂ ਆਖੂਗੀ ਵੀ ਇਹਦੇ ਕੋਲੇ ਦੱਸਤਾ ਨਾ ਫਿਰ ਹੋਰ ਮੈਨੂੰ ਕਿਵੇਂ ਪਤਾ ਲੱਗੂ ਮੇਰੀ ਬੇਬੇ ਆਖੂ ਤੈਨੂੰ ਕਿੱਥੋਂ ਪਤਾ ਲੱਗਾ ਆਏ ਕਹਿਦੀ ਵੀ ਦੂਗੇ ਭੇਜੋ ਵੀ ਜਿੰਦਾ ਕਦਾਈ ਬੈਠੀਆਂ ਸੰਦੂਕ ਨੂੰ ਆਏ ਬਸ ਅੰਨੀ ਬਹਾਨੀ ਪੁੱਛੀ ਪੁੱਤ ਫੇਰ ਤੈਨੂੰ ਦੱਸੂਗੀ ਸਾਰਾ ਕੁਛ ਲੈ ਸੰਦੂਕ ਨੂੰ ਤਾਂ ਹੀ ਲੀੜੇ ਕੱਪੜੇ ਨੂੰ ਲਾਈ ਰੱਖਦੀਆਂ ਬੁੜੀਆਂ ਦੀ ਆਦਤ ਹੁੰਦੀ ਹੈ ਜਿੰਦੇ ਦੀ ਤਾਂ ਇਹ ਜਿੰਦਾ ਲਾਈ ਉੱਥੇ ਜਿੰਦੇ ਦੇ ਕਾਰਨ ਤਾਂ ਨਹੀਂ ਮੋਰੇ ਇਹਦੇ ਵਿੱਚ ਲੈ ਪੁੱਤ ਹੈਗੀਆਂ ਕਿ ਦੱਸ ਕੇ ਆਈ ਆਪ ਮੈਂ ਵੀ ਪਹਿਲਾਂ ਦੇਖੀਆਂ ਨੇ ਇਹਦੇ ਮੋਹਰਾਂ ਹੁੰਦੀਆਂ ਨੇ ਕਿਸੇ ਨੂੰ ਨੀ ਨਾ ਕੋਈ ਕੁੜੀ ਨੂੰ ਨਾ ਕਿਸੇ ਨੂੰ ਨਹੀਂ ਪਾਈਆਂ ਦੇਖ ਨਾ ਸੋਨੂ ਪਾਈਆਂ ਨੇ ਉਹ ਫਿਰ ਇਹਦੇ ਕੋਲ ਹੀ ਨੇ ਹੋਰ ਇਹਨੇ ਕੀ ਕੀਤਾ ਮੋਹਰਾਂ ਦਾ ਚੱਲ ਕੋਈ ਨੀ ਤਾਈ ਮੈਂ ਆਪਦੇ ਹਿਸਾਬ ਨਾਲ ਆਪੇ ਪੁੱਛ ਲੂੰਗੀ ਚੱਲ ਤੂੰ ਜਾ ਚੰਗਾ ਮੈਂ ਕਰਦੀ ਆਂ ਚੰਗਾ ਭਾਈ ਇਹ ਤਾਂ ਆਈ ਉਦੋਂ ਹੋ ਰਿਹਾ ਮੈਂ ਫਿਰ ਦੀਏਗੀ ਬਿਨਾਂ ਗੱਲ ਤੋਂ ਉਹ ਕਰਦੀ ਉਹ ਕਹਿੰਦਾ ਸੰਦੂਕ ਨੂੰ ਜਿੰਦਾ ਲਈ ਬੈਠੀ ਸੰਦੂਕ ਚ ਮੋਹਰਾਂ ਹੈਗੀਆਂ ਅੱਜ ਤੱਕ ਤਾਂ ਮੈਨੂੰ ਪਤਾ ਨਹੀਂ ਲੱਗਾ ਮੇਰੀ ਬੇਬੇ ਕੋਲੇ ਮੋਹਰਾਂ ਹੈਗੀਆਂ ਹੁਣ ਮੈਂ ਬੇਬੇ ਨੂੰ ਸਿੱਧੇ ਮੂੰਹੇ ਕਿਵੇਂ ਪੁੱਛ ਲਾਂ ਵੀ ਬੇਬੇ ਤੇਰਾ ਸੰਦੂਕ ਖੋਲੋ ਚੋਂ ਮੈਂ ਮੋਹਰਾਂ ਕੱਢਣੀਆਂ ਪਹਿਲਾਂ ਐਂ ਕਰਾਂ ਪਹਿਲਾਂ ਤਾਂ ਬੁੜੀ ਨੂੰ ਬੁੜਿਆਉਣਾ ਪਊਗਾ ਉਹ ਤਾਂ ਜਿਹੋ ਜਿਹੀ ਹੋਈ ਹੋਈ ਹੈ ਤਾਈ ਹੁਣ ਦੱਸਣ ਵਾਲੀ ਤਾਂ ਦੱਸ ਗਈ ਤਾਈ ਤਾਂ ਕਹਿੰਦੀ ਜਰਕਦੇ ਨੇ ਜਾ ਕੇ ਪੁੱਛ ਲਾ ਹੋਣੀ ਤੇਰੀ ਸੱਸ ਨੂੰ ਕਿਤੇ ਐਂ ਬੁੜੀਆਂ ਦੱਸ ਦਿੰਦੀਆਂ ਹੁੰਦੀਆਂ ਵੀ ਹਾਂ ਮੇਰੇ ਕੋਲੇ ਟੂਮ ਹੈ ਪਹਿਲਾਂ ਤਾਂ ਇਹਨੂੰ ਬੜਿਆ ਕੇ ਰੱਖਾਂ ਬੜਿਆ ਕੇ ਕਿੰਨਾ ਕਹਿ ਲੈ 5 ਲੱਗ ਜੂ 10 ਲੱਗ ਜੂ ਇਹਦੇ ਹੱਥ ਤੇ ਪਹਿਲਾਂ ਤਾਂ ਕਰਾਵਾਂ ਇਹਦੇ ਹੱਥ ਦਾ ਇਲਾਜ ਇਲਾਜ ਕਰਾ ਕੇ ਹੌਲੀ ਹੌਲੀ ਇਹਨੂੰ ਬੜਾ ਕੇ ਫੇਰ ਪੁੱਛੂਗੀ ਇਹਦੀਆਂ ਟੂਮਾਂ ਨਾਲ ਉਹਦੇ ਕੋਲੇ ਗੱਲ ਕਰੂੰਗੀ ਵੀ ਬੇਬੇ ਕੋਲੇ ਤਾਂ ਬਲਾਂਸ ਹੋਣਾ ਹੈ ਜੇ ਆਪਾਂ ਰੱਖ ਲਈਏ ਲੈ ਸੱਤੀ ਕੇ ਤਾਂ ਗੋਰੇ ਕੇ ਉਹੀ ਗੱਲ ਉਹ ਤਾਂ ਸਾਂਝੀ ਖੇਤੀ ਕਰਦੇ ਦੋਨੇ ਸੱਤੀਆਂ ਭੈਣਾਂ ਉਹਨਾਂ ਦੇ ਤਾਂ ਦੇਸ਼ ਦਾ ਕੁਛ ਹੈਗਾ ਉਹੀ ਗੱਲ ਖੇਤੀ ਤਾਂ ਇਤੋਂ ਨਹੀਂ ਬਾਹਲੀ ਹੁੰਦੀ ਨਾ ਇਹ ਤਾਂ ਠੇਕੇ ਤੇ ਬਾਹਣ ਲਈ ਦਾ ਬਾਹਲਾ ਉਹ ਤਾਂ ਦੇਸ਼ਾਂ ਦਾ ਬਾਹਣ ਲੈਂਦੇ ਠੇਕਿਆਂ ਤੇ ਚੱਲ ਮੈਂ ਬੇਬੇ ਨੂੰ ਕਹਿੰਦੀ ਹਾਂ ਬੇਬੇ ਜੇ ਤੇ ਦਵਾਈ ਲਿਆਉਣੀ ਹੈ ਨਾ ਤੂੰ ਲਿਆ ਜਾ ਕੇ ਪੁੱਛਦੀ ਹਾਂ ਬੇਬੇ ਨਹੀਂ ਕਰਾਂ ਗੱਲ ਹੁਣ ਕਿਵੇਂ ਕਰਾਂ ਬੇਬੇ ਕੋਲ ਹੀ ਜਾਂਦੀ ਹਾਂ ਕਿਵੇਂ ਨਾ ਕਿਵੇਂ ਤਾਂ ਗੱਲ ਛੇੜਨੀ ਪਊ ਬੇਬੇ ਹਾਂ ਆ ਗਈ ਕਿੱਧਰ ਗਈ ਸੀ
ਇੱਥੇ ਸੀ ਬਈ, ਮੈਂ ਤਾਂ ਕਿੱਧਰ ਜਾਣੀ ਸੀ, ਤੂੰ ਆ ਗਈ, ਤੂੰ ਲਿਆ ਹੀ ਪੈਸੇ ਪੂਸੇ ਕਰਾਉਂਗੇ ਮਾੜਾ ਮੋਟਾ ਮੇਰਾ ਇਲਾਜ। ਕੋਈ ਨੀ ਬੇਬੇ, ਇਲਾਜ ਤਾਂ ਹੁਣ ਤੇਰਾ ਕਰਾਵਾਂਗੇ, ਜੇ ਹੁਣ ਉਹ ਨੀ ਦੇਣਗੇ ਪੈਸੇ ਤੇਰੇ ਸਾਡੇ ਤਾਂ ਨੀ, ਹੁਣ ਤੂੰ ਸਿੱਟੀ, ਸਾਨੂੰ ਤਾਂ ਤੇਰਾ ਇਲਾਜ ਕਰਾਉਣਾ ਪਊਗਾ ਉਹਨਾਂ ਨੇ, ਤਾਂ ਬੇਬੇ ਦੋਨਾਂ ਘਰਾਂ ਨੇ ਗੇਟ ਡਾਲੇ, ਗੇਟ ਨੀ ਖੋਲੇ, ਉਹ ਨੀ ਤੇਰਾ ਇਲਾਜ ਕਰਾਉਣੇ, ਤੇਰਾ ਇਲਾਜ ਤਾਂ ਹੁਣ ਅਸੀਂ ਕਰਾਵਾਂਗੇ, ਤੜਕੇ ਲੈ ਕੇ ਚੱਲਾਂਗੇ ਤੈਨੂੰ, ਨਾਲੇ ਤਾਂ ਆਪਾਂ ਅਕਸਰਾ ਕਰਾ ਲਾਂਗੇ ਦਾ, ਤੇ ਨਾਲੇ ਆਪਾਂ ਜਿਵੇਂ ਡਾਕਟਰ ਕਹੂਗਾ ਦਵਾਈ ਦਵਾ ਲਿਆਵਾਂਗੇ, ਜੇ ਪਲਾਸਟਰ ਲਾਇਆ ਤਾਂ ਬੇਬੇ ਤੇਰੇ ਪਲਾਸਟਰ ਵੀ ਲਵਾ ਲਿਆਵਾਂਗੇ। ਚੱਲ ਬਾਹਰ ਅੜੇ ਸੀ ਉਹਨਾਂ ਨੇ, ਤੈਨੂੰ ਮਾੜੀ ਮੋਟੀ ਮੱਤ ਅਕਲ ਤਾਂ ਆਈ ਵੀ ਹਾਂ ਮੈਂ ਇਲਾਜ ਕਰਾ ਲਾ, ਵਧੀਆ ਹੋ ਗਿਆ ਤੈਨੂੰ, ਕੁਛ ਨਾ ਕੁਛ ਤਾਂ ਪਤਾ ਲੱਗਿਆ ਭਾਈ, ਸ਼ਾਬਾਸ਼, ਮੈਂ ਤਾਂ ਕਹਿੰਦੀ ਨਹੀਂ ਸੀ ਵੀ ਤੇਰੇ ਦਿਮਾਗ 'ਚ ਗੱਲ ਆ ਜੂ, ਕਿੱਧਰੋਂ ਮਹਾਰਾਜ ਨੇ ਸੁਣ ਲਈ ਵੀ ਹਾਂ ਇਸ ਨੂੰ ਮੱਤ ਅਕਲ ਦੇਵਾਂ, ਇਹੀ ਇਲਾਜ ਕਰਾਵੇ ਜਦੋਂ ਇਹਦੇ ਘਰੇ ਧੰਦੇ ਕਰਦੇ, ਵਧੀਆ ਹੋ ਗਿਆ ਭਾਈ। ਬੇਬੇ ਜੇ ਮੈਂ ਤੇਰੇ ਇਲਾਜ ਦਾ ਕਹਿਤਾ ਤੈਨੂੰ ਵੀ ਤੇਰਾ ਇਲਾਜ ਕਰਾਵਾਂਗੇ, ਬੇਬੇ ਬੇਬੇ ਸਾਡੀ ਵੀ ਕੁਛ ਲੱਗਦੀ ਹੈ, ਸਾਡੀ ਵੀ ਤਾਂ ਮਾਂ ਹੈਗੀ, ਮੇਰੇ ਕੋਲ ਮਾਮਾ ਵਰਗੀ ਹੈਗੀ, ਸੱਸ ਤੇ ਮਾਂ 'ਚ ਫਰਕ ਕੀ ਹੁੰਦਾ ਹੈਗਾ, ਜੇ ਮੈਂ ਤੇਰੇ ਇਲਾਜ ਨੂੰ, ਮੈਂ ਤਾਂ ਹੁਣ ਦੇਖ ਅਸੀਂ ਮਨ ਬਣਾਇਆ ਗਾ ਵੀ ਤੇਰਾ ਇਲਾਜ ਅਸੀਂ ਇਕੱਲੇ ਕਰਵਾ ਕੇ ਲਿਆਵਾਂਗੇ, ਅਸੀਂ ਦੋਨਾਂ ਨੂੰ, ਉਹਨਾਂ ਨੂੰ ਨਾਲ ਨੀ ਲਾਉਂਦੇ, ਮੈਨੂੰ ਐਂ ਦੱਸ ਤੂੰ ਚਾਹ ਪੀਣੀ ਹੈ ਕਿ ਦੁੱਧ ਪੀਣਾ ਕਿ ਰੋਟੀ ਖਾਣੀ ਹੈ। ਮੈਂ ਤਾਂ ਕੁਛ ਨੀ ਖਾਣਾ ਭਾਈ, ਜਿਹੜਾ ਤਾਂ ਇਲਾਜ ਕਰਾਉਣ ਨੂੰ ਕਹਿਤਾ ਇਹੀ ਦੁੱਧ ਤੇ ਚਾਹ ਵਿੱਚ ਹੀ ਆ ਗਿਆ ਸਭ ਕੁਛ, ਮਹਾਰਾਜ ਨੇ ਮੇਰੀ ਸੁਣ ਲਈ, ਵਧੀਆ ਹੋ ਗਿਆ, ਮਹਾਰਾਜ ਤਾਂ ਹਰੇਕ ਦੀ ਸੁਣੇ, ਜਿਹੜੀ ਕਹਿੰਦੇ ਤੈਨੂੰ ਉਧਰੋਂ ਜਾ ਕੇ ਮੱਤ ਤੱਕ ਲਾ ਗਈ ਵੀ ਬਾਹਰ ਅੜਿਆ ਸੀ, ਇਲਾਜ ਅਸੀਂ ਕਰਾਵਾਂਗੇ, ਵਧੀਆ ਸਮਾਂਦੀ, ਤੇਰੇ ਦਿਮਾਗ 'ਚ ਕੁਛ ਨਾ ਕੁਛ ਗੱਲ ਆਈ, ਚੱਲ ਕੋਈ ਨਾ ਕਰ ਲਾ ਪੁੱਤ ਕੰਮ ਧੰਦਾ ਦਾ, ਜਿੰਨਾ ਕਹੇਗਾ ਸ਼ਾਬਾਸ਼ ਜਿਹੜੀ ਨੇ ਤਾਂ ਮੈਨੂੰ ਕਹੇਗਾ, ਕੰਮ ਤਾਂ ਬੇਬੇ ਮੈਂ ਆਪੇ ਕਰ ਲੂੰ, ਮੈਂ ਦੇਖ ਤੈਨੂੰ ਕਿਸੇ ਕੰਮ ਨੂੰ ਨਹੀਂ ਕਹਿੰਦੀ, ਆਹ ਮੰਜੇ ਤੇ ਬੈਠੀ ਹੈ, ਜਿੱਦੇ ਤੇਰੀ ਬਾਂਹ ਠੀਕ ਹੋਊਗੀ ਉਦੋਂ ਭਾਵੇਂ ਮੇਰੇ ਨਾਲ ਕਿੰਨਾ ਮਰਜ਼ੀ ਕੰਮ ਕਰਵਾ ਦੀ, ਉਹਨਾਂ ਚੱਕਰ ਤਾਂ ਹੁਣ ਤੇਰੀ ਸੰਭਾਲੀ ਕਰਾਂਗੇ। ਚੱਲ ਕਰ ਤੂੰ ਪੈ ਜਾ, ਮੈਂ ਤੈਨੂੰ ਕੰਬਲ ਲੈ ਜਾਂਦੀ ਹਾਂ। ਨਾ ਨਾ ਬਸ ਕੰਬਲ ਨੂੰ ਤਾਂ ਕੀ ਹੈ, ਪੁੱਤ ਹਜੇ ਕਹਿੰਦਾ ਕੋਈ ਠੰਡ ਨਹੀਂ ਲੱਗਦੀ ਮੈਨੂੰ, ਮੈਂ ਬੈਠੀ ਹਾਂ ਮੇਰੇ ਚੀਸ ਪਈ ਜਾਂਦੀ ਹੈ, ਇਹ ਪਈ ਤੋਂ ਜ਼ਿਆਦਾ ਪੈਂਦੀ ਹੈ। ਬੇਬੇ ਜੇ ਚੀਸ ਪਈ ਇਹਨੇ ਦਰਦ ਵਾਲੀ ਗੋਲੀ ਲੈ ਜਾਂਦੀ ਹਾਂ। ਨਾ ਬਸ ਕੋਈ ਨਾ, ਅੱਠ ਨੇ ਲੈ ਲੂੰਗੀ, ਪੈਣ ਲੱਗੀ ਰਾਤ ਨੂੰ, ਫਿਰ ਰਾਤ ਨਹੀਂ ਲੰਘਣੀ। ਚੱਲ ਠੀਕ ਹੈ ਬੇਬੇ, ਫਿਰ ਥੋੜਾ ਦੁੱਧ ਗਰਮ ਕਰਕੇ ਲਿਆ ਦੇ। ਨਾ ਨਾ ਦੁੱਧ ਵੀ ਨਹੀਂ ਪੀਣਾ, ਮੈਂ ਹੁਣੀ ਚਾਹ ਪੀ ਕੇ ਆਈ ਸੀ, ਉਧਰ ਤੇਰੇ ਤਾਈ ਕੋਲ ਵਗ ਗਈ ਸੀ। ਚੱਲ ਕੋਈ ਨਹੀਂ ਬੇਬੇ, ਚੰਗਾ ਬੇਬੇ, ਚੰਗਾ ਪੁੱਤ, ਸ਼ੁਕਰ ਹੈ ਰੱਬ ਦਾ, ਜਿਹੜੀ ਇਹਦੇ ਦਿਮਾਗ 'ਚ ਬੜੀ ਕੋਈ ਗੱਲ, ਖਬਰ ਕਿਵੇਂ ਬੜੀ ਹੈਗੀ ਇਹਦੇ ਦਿਮਾਗ 'ਚ ਵੀ ਤੇਰਾ ਇਲਾਜ ਕਰਾਉਣਗੇ। ਗਈ ਤਾਂ ਇੱਥੋਂ ਭੱਜੀ ਮੇਰੇ ਕੋਲ ਸੀ ਚਾਹ ਧਰ ਕੇ, ਕਹਿੰਦੀ ਮੈਂ ਜਾ ਕੇ ਉਹਨੇ ਸੱਤੀ ਘੋਲ ਤੇ ਗੋਏ ਕੇ ਵੀ ਹਿੱਸਾ ਲੈ ਕੇ ਆਉਂਦੀ ਹਾਂ। ਚੰਗਾ ਭਾਈ, ਉਹ ਸਖੀਆਂ ਭੈਣਾਂ ਸੀ, ਉਹਨਾਂ ਨੇ ਏਕਾ ਕਰਕੇ ਬਾੜ ਡਾਲਿਆ ਹੋਊ, ਪਤਾ ਲੱਗਿਆ ਹੋਊਗਾ ਵੀ ਆ ਕੇ ਸਾਡੇ ਨਾਲ ਲੜੂਗੀ। ਚੱਲ ਕਹਿੰਦੇ ਹੁੰਦੇ ਸਿਆਣੇ, ਅਕੇ ਰਾੜ ਨਾਲ ਬਾੜ ਚੰਗੀ, ਇਹ ਤਾਂ ਗਈ ਸੀ ਭੁੱਖੀ ਭੁਕਾਈ, ਉਹਨਾਂ ਨੇ ਬਾੜ ਡਾਲਿਆ, ਚੱਲ ਬਚਤ ਰਹੇਗੀ। ਲੈ ਕਿਵੇਂ ਭੈਣੇ, ਠੀਕ ਹੈ? ਹਾਂ ਠੀਕ ਹੈ ਭੈਣੇ, ਬੜਾ ਹਾਸੀ ਜੀ ਆਉਂਦੀ ਹੈ ਭੈਣੇ ਤੈਨੂੰ ਤਾਂ, ਬਹਿ ਜਾ। ਨੀ ਭੈਣੇ ਕਾਹਨੂੰ ਹੱਸਦੀ ਆ, ਮੈਂ ਤਾਂ ਤੈਨੂੰ ਉਹੀ ਉਹ ਜਮਾ ਤਨੋ ਮਨੋ ਲਾ ਕੇ ਪੁੱਛਿਆ, ਤੈਨੂੰ ਤਾਂ ਭੁਲੇਖਾ ਹੀ ਪੈਂਦਾ ਵੀ ਹੱਸਦੀ ਆ, ਪਤਾ ਨੀ। ਨਾ ਨਾ ਪਤਾ ਲੱਗ ਹੀ ਜਾਂਦਾ ਭੈਣੇ, ਤਨੋ ਮਨੋ ਇਹਦਾ ਤੇ ਹੱਸਣਾ ਇਹਦਾ ਵੀ ਠੀਕ ਆ। ਚੱਲ ਭਾਵੇਂ ਕੁਛ ਮਰਜ਼ੀ ਕਹਿ ਲਾ, ਤੇ ਕਿਵੇਂ ਭੈਣੇ ਸੇਵਾ ਵਧੀਆ ਹੁੰਦੀ ਹੈ? ਹਾਂ ਸੇਵਾ ਵਧੀਆ ਹੁੰਦੀ ਹੈ ਭੈਣੇ। ਅੱਛਾ, ਸੇਵਾ ਤਾਂ ਭੈਣੇ ਮੇਰੇ ਵਜ੍ਹਾ ਨਾਲ ਹੀ ਹੁੰਦੀ ਹੈਗੀ। ਉਹ ਕਿਵੇਂ ਭੈਣੇ, ਤੇਰੀ ਵਜ੍ਹਾ ਨਾਲ? ਬਖਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੱਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਹਰਦੇਵ ਸਿੰਘ ਜੀ, ਪਰਮਿੰਦਰ ਕੌਰ ਫਤਿਹਗੜ੍ਹ ਸਾਹਿਬ, ਰੇਖਾ ਸ਼ਰਮਾ, ਦਰੁਵਿਕਾ ਸ਼ਰਮਾ, ਰਵਿੰਦਰ ਕੌਰ ਹਮਜਾਪੁਰ, ਲਵਪ੍ਰੀਤ ਬਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾਂ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ,
ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ, ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂਖੇੜਾ ਸ੍ਰੀ ਮੁਕਤਸਰ ਸਾਹਿਬ ਜੀ, ਬੌਬੀ ਰਾਜਾ ਹਾਂਗਕਾਂਗ, ਕਮਲਦੀਪ ਬਠਿੰਡਾ, ਨਰਸੀ ਰਾਮ ਬਠਿੰਡਾ, ਦਰਸ਼ਨ ਸਿੰਘ ਗੜਸਾਣਾ ਮੰਡੀ, ਗੁਰਤੇਜ ਸਿੰਘ ਫੌਜੀ, ਦਰੋਗਾ ਸਿੰਘ, ਮੁਹੰਮਦ ਜਵਾਦ, ਸ਼ਿਕਰੀ ਸ਼ਰਮਾ, ਮਨੀਨਾ ਗਰਗ, ਤਨਵੀਰ ਸਿੰਘ ਮੋਗਾ, ਕਰਮਜੀਤ ਕੌਰ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ, ਵਿੱਕੀ ਚੀਮਾ, ਹੈਪੀ ਜੋਸ਼ੀ, ਕਮਲ ਬੱਗਾ ਲੁਧਿਆਣਾ, ਪਰਮਜੀਤ ਕੌਰ ਮੋਗਾ, ਜਸਜੀਤ ਸ਼ਰਮਾ, ਸ਼ਾਸ਼ੀ ਵਾਧਵਾ ਸ਼੍ਰੀ ਪਾਉਂਟਾ ਸਾਹਿਬ ਜੀ, ਮਨੋਹਰ ਲਾਲ ਬਜਾਜ, ਨਿਰਮਲਾ ਰਾਣੀ ਬਜਾਜ, ਕੋਠਾ ਗੁਰੂ ਬਠਿੰਡਾ, ਅਮਰ ਸਿੰਘ ਪਟਿਆਲਾ, ਗੁਰਦੀਪ ਸਿੰਘ ਦਿਓ, ਨਾਮਸੋ ਦੀਪਾ, ਦਿਲਜੋਤ ਸਨਿਆਣਾ, ਦੀਪਾ ਸਨਿਆਣਾ, ਪਰਮਜੀਤ ਸੰਧੂ ਬੋਂਬੇ, ਦਲਜੀਤ ਬਰਾੜ, ਅਨੀਤਾ ਰਾਣੀ, ਸ਼ੱਪੂ ਸ਼ਰਮਾ, ਮਤੇਰਾ ਗਰਗ, ਅਮਨੀ ਭੋਲੇਕਾ, ਛਿੰਦਰ ਕੌਰ, ਮਹਿੰਦਰ ਕੌਰ, ਬੇਅੰਤ ਕੌਰ, ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ।